देशवा पर मोहे हैं, शुभ कर्मन्ते कभो न डरूं, न डरूं और सोच अब चाय लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਵਿਸ਼ੇਸ਼ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਇਸ ਪ੍ਰੋਗਰਾਮ ਦੇ ਹੁਣ ਤੱਕ ਤੁਸੀਂ 82 ਭਾਗ ਵੇਖ ਚੁੱਕੇ ਹੋ ਅਤੇ 83ਵਾਂ ਭਾਗ ਲੈ ਕੇ ਅਸੀਂ ਆਪ ਜੀ ਦੇ ਸਨਮੁੱਖ ਹੋਏ ਹਾਂ। ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ, ਜਿਹੜੇ ਕਿ ਸਾਡੇ ਸਵਾਲਾਂ ਦੇ ਜਵਾਬ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਆਧਾਰ 'ਤੇ ਦਿੰਦੇ ਹਨ, ਉਹਨਾਂ ਦਾ ਅਸੀਂ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਅਸੀਂ ਸਵਾਗਤ ਕਰਦੇ ਹਾਂ। ਉਹਨਾਂ ਜੀ ਆਇਆਂ ਆਖਦੇ ਅਤੇ ਗੁਰੂ ਫਤਿਹ ਸਾਂਝੀ ਕਰਦੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰੂ ਇਤਿਹਾਸ ਦੀ ਇਸ ਲੜੀਵਾਰ ਵਿਆਖਿਆ ਦੇ ਦੌਰਾਨ ਤੁਸੀਂ ਪਿਛਲੇ ਐਪੀਸੋਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਅਤੇ ਉਹਨਾਂ ਦੇ ਬਿਰਤਾਂਤ ਬਾਰੇ ਸਾਂਝ ਪਾਈ ਸੀ। ਮੇਰਾ ਅੱਜ ਦਾ ਸਵਾਲ ਹੈ ਕਿ ਲਾਹੌਰ ਦਾ ਜਿਹੜਾ ਸ਼ਾਹੀ ਕਾਜ਼ੀ ਸੀ, ਉਸ ਦੀ ਧੀ ਕੌਲਾਂ ਦਾ ਸਿੱਖ ਇਤਿਹਾਸ ਵਿੱਚ ਬਹੁਤ ਜ਼ਿਕਰ ਆਉਂਦਾ ਹੈ। ਇਤਿਹਾਸ ਦੇ ਇਸ ਪੰਨੇ ਵਿੱਚ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਨੇ, ਤੁਸੀਂ ਇਸ ਵਿਚਾਰ ਦੇ ਨਾਲ, ਇਸ ਮਸਲੇ ਦੇ ਨਾਲ ਕਿੰਨਾ ਕੁ ਸਹਿਮਤ ਹੋ? ਇਸ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਕੀ ਵਿਚਾਰ ਹੈ, ਅਸਲੀ ਜਿਹੜੀ ਗੱਲ ਕੀ ਹੈ। ਬੀਬੀ ਕੌਲਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਤੁਸੀਂ ਉਹਦੇ ਪਿਤਾ ਦਾ ਜ਼ਿਕਰ ਕੀਤਾ, ਸ਼ਾਹੀ ਕਾਜ਼ੀ ਦਾ। ਹਾਂਜੀ, ਉਸ ਸ਼ਾਹੀ ਕਾਜ਼ੀ ਦਾ ਨਾਂ ਰੁਸਤਮ ਖਾਂ ਸੀ। ਠੀਕ ਹੈ। ਉਹ ਰੁਸਤਮ ਖਾਂ ਦੀਆਂ ਦੋ ਗੱਲਾਂ ਕਰਕੇ ਜੀ ਉਸ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਉਹਦਾ ਜ਼ਿਕਰ ਆਉਂਦਾ। ਜੀ, ਇੱਕ ਤਾਂ ਉਹ ਕੌਲਾਂ ਦਾ ਬਾਪ ਆ ਜੀ, ਤਾਂ ਜ਼ਿਕਰ ਆਉਂਦਾ ਜਿਹੜਾ ਤੁਸੀਂ ਜ਼ਿਕਰ ਕੀਤਾ। ਹਾਂਜੀ। ਦੂਜਾ, ਉਹ ਕਿਸੇ ਟਾਈਮ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਵੀ ਹੋਇਆ ਸੀ। ਠੀਕ ਹੈ। ਮੁਤਸਬੀ ਸੀ ਕੋਈ ਸ਼ਕਲ? ਹਾਂਜੀ, ਜਿੱਦਾਂ ਕਿ ਉਦੋਂ ਦੇ ਬਹੁਤੇ ਕਾਜ਼ੀ ਮੁਤਸਬੀ ਹੋਇਆ ਹੀ ਕਰਦੇ ਸਨ। ਜੀ ਜੀ ਜੀ। ਪਰ ਕਿਸੇ ਟਾਈਮ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਹੋਇਆ ਸੀ ਅਤੇ ਉਹਨੇ ਇੱਕ ਘੋੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਚਿਆ ਸੀ, ਘੋੜੇ ਦੀ ਗਾਥਾ। ਠੀਕ ਹੈ। ਸੋ ਬੀਬੀ ਕੌਲਾਂ ਵਾਲੀ ਗਾਥਾ ਨੂੰ ਸਮਝਣ ਤੋਂ ਪਹਿਲਾਂ ਘੋੜੇ ਵਾਲੀ ਗਾਥਾ ਸਮਝ ਲੈਣੀ ਚਾਹੀਦੀ ਹੈ। ਠੀਕ, ਗੱਲ ਥੋੜ੍ਹੀ ਸਪਸ਼ਟ ਹੋ ਜਾਊਗੀ। ਜੀ ਜੀ। ਗੁਰੂ ਅਰਜਨ ਦੇਵ ਦੇ ਵੇਲੇ ਤੋਂ ਹੀ ਵੈਸੇ ਤਾਂ, ਹਾਂਜੀ, ਗੁਰੂ ਅਰਜਨ ਦੇਵ ਨੇ ਚੇਂਜ ਕਰਕੇ ਸਿੱਖਾਂ ਨੂੰ ਵਪਾਰ ਦੇ ਖੇਤਰ 'ਚ ਪਾਇਆ ਸੀ। ਠੀਕ ਹੈ। ਕਿਉਂਕਿ ਗੁਰੂ ਅਰਜਨ ਦੇਵ ਜਿਹੜੀ ਗੱਲ ਅੱਜ ਸੰਸਾਰ ਸਮਝਣ ਲੱਗਾ ਨਾ, ਹਾਂਜੀ, ਗੁਰੂ ਅਰਜਨ ਦੇਵ ਨੇ ਉਦੋਂ ਸਮਝਾਤੀ ਸੀ। ਠੀਕ ਹੈ। ਅੱਜ ਸੰਸਾਰ ਸਮਝਣ ਲੱਗਾ ਕਿ ਦੁਨੀਆਂ ਦੇ ਵਿੱਚ ਤੁਹਾਡੇ ਕੋਲ ਜਿੰਨੀ ਮਰਜ਼ੀ ਤੁਸੀਂ ਤਾਕਤ ਇਕੱਠੀ ਕਰ ਲਓ, ਜੇ ਤੁਹਾਡੇ ਕੋਲ ਸਰਮਾਇਆ ਨਹੀਂ ਤੇ ਤੁਹਾਡੀ ਗੱਲ ਨਹੀਂ ਚੱਲਦੀ। ਦੁਨੀਆਂ 'ਚ ਉਹਨਾਂ ਦੇਸ਼ਾਂ ਦੀ ਗੱਲ ਚੱਲ ਰਹੀ ਜਿਹੜੇ ਦੇਸ਼ ਸਰਮਾਏਦਾਰ ਜੀ, ਬਿਲਕੁਲ ਬਿਲਕੁਲ, ਅਮਰੀਕਾ ਦੀ ਗੱਲ ਚੱਲ ਰਹੀ ਆ, ਅੱਜ ਚਾਈਨਾ ਦੀ ਚੱਲ ਰਹੀ ਆ, ਜਿਹੜੀਆਂ ਵਰਲਡ ਪਾਵਰਾਂ ਬਣੀਆਂ ਇਸ ਕਰਕੇ ਬਣੀਆਂ ਉਹ, ਹਾਂਜੀ, ਕਿ ਉਹਨਾਂ ਕੋਲ ਬਹੁਤ ਵੱਡਾ ਸਰਮਾਇਆ ਇਕੱਠਾ ਹੋ ਗਿਆ। ਹਾਂਜੀ। ਜੇ ਇੰਡੀਆ ਦੀ ਅੱਜ ਗੱਲ ਚੱਲਣ ਲੱਗੀ ਤੇ ਇੰਡੀਆ ਦਾ ਰਿਜ਼ਰਵ ਬੈਂਕ ਜਿਹੜਾ ਕਿਸੇ ਟਾਈਮ ਕੰਗਾਲੀ ਦੇ ਕੰਢੇ ਚੱਲ ਗਿਆ ਸੀ, ਜੋ ਰਾਜੀਵ ਗਾਂਧੀ ਦਾ ਸਮਾਂ ਸੀ, ਕਿਸੇ ਟਾਈਮ ਹੁਣ ਉਹ ਦੁਨੀਆਂ ਦੀ ਇੱਕ ਆਰਥਿਕ ਤੌਰ ਤੇ ਵੱਡੀ ਪਾਵਰ ਬਣੀ ਆ ਤੇ ਉਹਦੀ ਗੱਲ ਚੱਲਣ ਲੱਗ ਪਈ। ਕਿਸੇ ਟਾਈਮ ਇੰਗਲੈਂਡ ਵੱਡੀ ਆਰਥਿਕ ਪਾਵਰ ਸੀ, ਇਹਦੀ ਗੱਲ ਚੱਲਦੀ ਸੀ। ਸੋ ਜਿਹੜੀ ਗੱਲ ਦੁਨੀਆਂ ਅੱਜ ਸਮਝਦੀ ਆ ਕਿ ਸਭ ਤੋਂ ਵੱਡੀ ਗੱਲ ਆਰਥਿਕਤਾ ਆ ਤੇ ਜਿਹੜਾ ਸਰਮਾਇਆ ਇਕੱਠਾ ਹੁੰਦਾ ਵਪਾਰ ਦੇ ਰਾਹੀਂ ਹੋ ਸਕਦਾ। ਗੁਰੂ ਅਰਜਨ ਦੇਵ ਨੇ ਗੱਲ ਸਿੱਖਾਂ ਨੂੰ ਉਦੋਂ ਸਮਝਾਤੀ ਸੀ, ਅੱਜ ਤੋਂ ਤਕਰੀਬਨ 400-500 ਸਾਲ ਪਹਿਲਾਂ ਇਲਾਕੇ ਦੀਆਂ ਲੋੜਾਂ ਦੇਖ ਕੇ ਤੇ ਉਹਨਾਂ ਦਿਨਾਂ ਚ ਕਾਬਲੀ ਸਭ ਤੋਂ ਵੱਡਾ ਦੂਰ ਦਾ ਇਲਾਕਾ ਗਿਣਿਆ ਜਾਂਦਾ ਸੀਗਾ, ਜਿਹੜਾ ਪੂਰਾ ਪਾਕਿਸਤਾਨ ਟੱਪ ਕੇ ਆਜਦਾ ਤੇ ਅਫਗਾਨਿਸਤਾਨ ਵਿੱਚ ਜਾ ਕੇ ਜਾਣਾ ਆ, ਹੈਗਾ ਉਦੋਂ ਮੁਗਲ ਰਾਜ ਦੇ ਸੂਬਾ ਸੀਗਾ, ਬਿਜ਼ਨਸ ਪੋਰਟ ਕਹਿੰਦੇ, ਜਿਹਦਾ ਬਿਜ਼ਨਸ ਤੌਰ ਤੇ ਦੂਰ ਦਾ ਇਲਾਕਾ ਉਹ ਗਿਣਿਆ ਜਾਂਦਾ ਸੀ, ਜਿੱਥੇ ਜਿਹੜਾ ਜਾਣੀ ਕਿ ਕਿਸੇ ਸਮੁੰਦਰ ਦੀ ਪੋਰਟ ਤੋਂ ਬਿਨਾਂ, ਜਿੱਥੇ ਵਪਾਰ ਸੀ ਪੋਰਟ ਤੋਂ ਬਿਨਾਂ ਜਿੱਥੇ ਵਪਾਰ ਹੋ ਸਕਦਾ। ਹਾਂਜੀ ਹਾਂਜੀ। ਤੇ ਸਿੱਖਾਂ ਦਾ ਜਾਣੀ ਕਿ ਬਾਕੀ ਇਲਾਕਿਆਂ 'ਚ ਵੀ ਵਪਾਰ ਹੋਊਗਾ, ਇਸ ਕਰਕੇ ਕਾਬਲ ਦੀ ਇੱਕ ਮੈਂ ਉਦਾਹਰਨ ਦਿੱਤੀ ਵੀ ਦੂਰ ਦੇ ਇਲਾਕੇ ਤੱਕ ਵੀ ਜੀ, ਤੇ ਅੰਮ੍ਰਿਤਸਰ ਤੋਂ ਕੱਪੜੇ ਬਣ ਕੇ, ਕਾਬਲ 'ਚ ਠੰਡ ਪੈਂਦੀ ਆ, ਉੱਨੀ ਕੱਪੜੇ ਬਣ ਕੇ ਜਾਂਦੇ ਆ, ਸੂਤੀ ਕੱਪੜੇ ਬਣ ਕੇ ਜਾਂਦੇ ਆ, ਕੱਪੜੇ ਬਣਦੇ ਅੰਮ੍ਰਿਤਸਰ ਦੇ ਵਿੱਚ, ਕੱਪੜੇ ਦੀ ਇੰਡਸਟਰੀ ਅੰਮ੍ਰਿਤਸਰ ਦੀ, ਉੱਨੀ ਕੱਪੜਿਆਂ ਦੀ ਤਦੇ ਜਿਹੜੀ ਸੀ ਨਾ ਗਰਮ ਕੱਪੜਿਆਂ ਵਾਲੀ ਇੰਡਸਟਰੀ, ਤਦੇ ਅੱਜ ਤੱਕ ਵੀ ਚੱਲਦੀ ਆ। ਹਾਂਜੀ।
ਉਦੋਂ ਗੁਰੂ ਅਰਜਨ ਦੇਵ ਜੀ ਸ਼ਬਦ ਸ਼ੁਰੂ ਕਰਾਏ ਸੀ ਤੇ ਉਧਰੋਂ ਇਧਰੋਂ ਪਾਪੜ ਵੜੀਆਂ ਬਣਦੀਆਂ ਉਹ ਜਾਂਦੀਆਂ ਨਾਲ ਕਿ ਉਧਰਲੇ ਬੰਨੇ ਖਾਣ ਦੇ ਪਦਾਰਥ ਘੱਟ ਆ ਇਧਰਲੇ ਬੰਨੇ ਖਾਣ ਦੇ ਪਦਾਰਥ ਜ਼ਿਆਦਾ ਆ ਖੇਤੀ ਵਾਲਾ ਸੂਬਾ ਜਿਹੜੀ ਚੀਜ਼ਾਂ ਖੇਤੀ ਤੋਂ ਬਣ ਸਕਦੀਆਂ ਕਣਕ ਤੋਂ ਬਣ ਸਕਦੀਆਂ ਪਾਪੜ ਵੜੀਆਂ ਬਣਦੀਆਂ ਆ ਕੋਈ ਦਾਲ ਦੇ ਵੜੇ ਬਣਦੇ ਆ ਇਹ ਸਾਰੀਆਂ ਜਿਹੜੀਆਂ ਹੈਗੀਆਂ ਵੱਖ ਵੱਖ ਚੀਜ਼ਾਂ ਦੇ ਜਿਹੜੇ ਬਣਦੇ ਜਿਹੜੇ ਖੇਤੀ ਪ੍ਰੋਡਕਟ ਸੀਗੇ ਉਹਨਾਂ ਦਾ ਅੱਜ ਗੌਰਮੈਂਟਾਂ ਕਹਿੰਦੀਆਂ ਕਰਨ ਦੇ ਸਾਡੇ ਕੋਲ ਉਹ ਪੰਜਾਬ ਦੇ ਵਿੱਚ ਉੱਦਾਂ ਦੇ ਕਾਰਖਾਨੇ ਅੱਜ ਨਹੀਂ ਲੱਗੇ ਪਰ ਗੁਰੂ ਅਰਜਨ ਦੇਵ ਜੀ ਜਦੋਂ ਕਾਰਖਾਨੇ ਨਹੀਂ ਸੀ ਵੱਡੇ ਹੈਗੇ ਉਦੋਂ ਘਰਾਂ ਦੇ ਵਿੱਚੋਂ ਕੰਮ ਸ਼ੁਰੂ ਕਰਾਤਾ ਸੀ ਵੜੀਆਂ ਹਰ ਘਰ 'ਚ ਵੜੀਆਂ ਬਣ ਰਹੀਆਂ ਹੈਗੀਆਂ ਪਾਪੜ ਬਣ ਰਹੇ ਹੈਗੇ ਆ ਤੇ ਉਹ ਤਰ੍ਹਾਂ ਤਰ੍ਹਾਂ ਦੇ ਪਾਪੜ ਬਣ ਰਹੇ ਆ ਤਰ੍ਹਾਂ ਤਰ੍ਹਾਂ ਦੇ ਮੁਰੱਬੇ ਬਣ ਰਹੇ ਆ ਤਰ੍ਹਾਂ ਤਰ੍ਹਾਂ ਦੇ ਅਚਾਰ ਬਣ ਰਹੇ ਤੇ ਉਹ ਕਾਬਲ ਵੱਲ ਨੂੰ ਸਾਰੇ ਬੰਨੇ ਸਪਲਾਈ ਹੋ ਰਿਹਾ ਪੂਰੇ ਹਿੰਦੁਸਤਾਨ ਠੀਕ ਹੈ ਤੇ ਉਧਰੋਂ ਜਦੋਂ ਸਿੱਖ ਜਾਂਦੇ ਹੁਣ ਇਧਰੋਂ ਲੈ ਕੇ ਜਾਣਾ ਉਹ ਹਾਂਜੀ ਤੇ ਉਧਰੋਂ ਫਿਰ ਜਾ ਕੇ ਕੀ ਲੈ ਕੇ ਆਉਣਾ ਉਧਰੋਂ ਤੁਸੀਂ ਸੁੱਕੇ ਮੇਵੇ ਲੈ ਕੇ ਆਓ ਕਿਉਂਕਿ ਅਫਗਾਨਿਸਤਾਨ 'ਚ ਸੁੱਕਾ ਮੇਵਾ ਹੁੰਦਾ ਆ ਬਦਾਮ ਆ ਅਖਰੋਟ ਆ ਸਿਓਗੀ ਆ ਉਹ ਲੈ ਕੇ ਆਓ ਤੇ ਫਿਰ ਨਾਲ ਨਾਲ ਘੋੜੇ ਲੈ ਕੇ ਆਓ ਕਿਉਂਕਿ ਉਧਰਲੇ ਬੰਨਾ ਜਿਹੜਾ ਉਧਰਲੇ ਬੰਨਾ ਦਾ ਘੋੜਾ ਬੜਾ ਮਸ਼ਹੂਰ ਆ ਰਾਖਲ ਦਾ ਤੇ ਉਹ ਕਾਬਲ ਤੋਂ ਤੁਸੀਂ ਘੋੜੇ ਖਰੀਦੋ ਕਾਬਲ ਕੰਧਾਰ ਤੋਂ ਉਹ ਅੰਮ੍ਰਿਤਸਰ ਦੀ ਮਾਰਕੀਟ ਵੱਡੀ ਬਣ ਗਈ ਆ ਲਾਹੌਰ ਨੇੜੇ ਆ ਇਹ ਲਾਹੌਰ ਦੇ ਵਿੱਚੋਂ ਲੰਘ ਕੇ ਵੀ ਜਾਣਾ ਲਾਹੌਰ ਵਿੱਚੋਂ ਕੁਛ ਅੰਮ੍ਰਿਤਸਰ ਆ ਕੇ ਵਿੱਚੋਂ ਕੁਛ ਦਿੱਲੀ ਤੱਕ ਪਹੁੰਚਾਓ ਬਾਦਸ਼ਾਹ ਤੱਕ ਤੇ ਸੋ ਘੋੜਿਆਂ ਦੇ ਵਪਾਰੀ ਸਿੱਖ ਬਣ ਗਿਆ ਔਰ ਘੋੜਿਆਂ ਦੇ ਵਪਾਰੀ ਬਣਨਾ ਹੈ ਵੀ ਬੜੀ ਜ਼ਰੂਰੀ ਗੱਲ ਸੀ ਕਿਉਂਕਿ ਤਾਂ ਫੌਜ ਖੜੀ ਕਰਨੀ ਸੀ ਬਿਲਕੁਲ ਗੁਰੂ ਅਰਜਨ ਦੇਵ ਜੀ ਦਿਵਯ ਦ੍ਰਿਸ਼ਟੀ ਨੇ ਕੰਮ ਪਹਿਲਾਂ ਕਰਾਤਾ ਸੀ ਹਾਂਜੀ ਔਰ ਜਿਹੜਾ ਘੋੜਿਆਂ ਦਾ ਵਪਾਰ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਬਹੁਤ ਜ਼ਿਆਦਾ ਪ੍ਰਫੁੱਲਤ ਹੋਇਆ ਕਿਉਂਕਿ ਗੁਰੂ ਸਾਹਿਬ ਨੇ ਫੌਜ ਜੋੜਨੀ ਸ਼ੁਰੂ ਕੀਤੀ ਤੇ ਘੋੜੇ ਚਾਹੀਦੇ ਹੁਣ ਤੇ 2200 ਘੋੜ ਸਵਾਰ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਆਲੇ ਦੁਆਲੇ ਸੀਗੇ ਤੇ ਸਿੱਖਾਂ ਨੂੰ ਕਹਾ ਤੁਸੀਂ ਘੋੜੇ ਰੱਖੋ ਘੋੜੇ ਪਾਲੋ ਘੋੜੇ ਖਰੀਦੋ ਘੋੜੇ ਵਿੱਚ ਘੋੜਿਆਂ ਦਾ ਕੰਮ ਕਰੋ ਹਾਂਜੀ ਸੋ ਇਹ ਜਿਹੜੀ ਵਪਾਰ ਦੀ ਗੱਲ ਸ਼ੁਰੂ ਹੋ ਗਈ ਤੇ ਪਿਸ਼ਾਵਰ ਦੇ ਸਿੱਖਾਂ ਨੇ ਕਾਬਲ ਦੇ ਸਿੱਖਾਂ ਨੇ ਕੰਧਾਰ ਦੇ ਸਿੱਖਾਂ ਨੇ ਖਾਸ ਕਰਕੇ ਪਿਸ਼ਾਵਰੀ ਸਿੱਖਾਂ ਨੇ ਕਿਉਂਕਿ ਉਹ ਨੇੜੇ ਕਾਬਲ ਦੇ ਵੀ ਪੈਂਦੇ ਆ ਤੇ ਇਧਰਲੇ ਬੰਨੇ ਵੀ ਪੈਂਦੇ ਉਹਨਾਂ ਨੇ ਇਹ ਵਪਾਰ ਘੋੜਿਆਂ ਦਾ ਤੇ ਗਿਰੀਸ਼ ਮੇਵੇ ਦਾ ਵਪਾਰ ਸ਼ੁਰੂ ਕੀਤਾ ਬਹੁਤ ਵਪਾਰੀ ਸਿੱਖ ਨੇ ਅੱਜ ਤੱਕ ਵੀ ਉਹਨਾਂ ਦੀ ਜਿਹੜੀਆਂ ਕਾਬਲੀ ਸਿੱਖਾਂ ਦੀਆਂ ਤੇ ਪਿਸ਼ਾਵਰੀ ਸਿੱਖਾਂ ਦੀਆਂ ਗਾਂਹ ਦੀਆਂ ਪੁਸ਼ਤਾਂ ਆ ਉਹ ਅੱਜ ਤੱਕ ਵੀ ਵਪਾਰੀ ਬਿਰਤੀ ਵਾਲੀਆਂ ਕਿਉਂਕਿ ਵਪਾਰੀ ਬਿਰਤੀ ਖੂਨ ਦੇ ਵਿੱਚ ਗੁਰੂ ਅਰਜਨ ਦੇਵ ਦੇ ਵੇਲੇ ਤੋਂ ਲੈ ਕੇ ਪੈ ਗਈ ਖਰ ਉਹਨੇ ਇੱਕ ਭਾਗਵਾਲ ਖੱਤਰੀ ਨਾਂ ਦਾ ਵਪਾਰੀ ਸੀ ਪਿਸ਼ਾਵਰ ਦਾ ਹਾਂਜੀ ਉਹਨੇ ਕਾਬਲ ਤੋਂ ਘੋੜੇ ਖਰੀਦਿਆ ਤੇ ਉਹਨੇ ਜੇ ਘੋੜਾ ਬਹੁਤ ਚੰਗਾ ਲੱਗਾ ਵੀ ਆਹ ਘੋੜਾ ਤਾਂ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਕੋਲ ਹੀ ਚਾਹੀਦਾ ਠੀਕ ਤੇ ਉਹ ਘੋੜਾ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਲਈ ਬਾਕੀ ਘੋੜੇ ਰਾਹ ਦੇ ਵਿੱਚ ਲਿਆਉਂਦਾ ਤਾਂ ਜਿੱਥੇ ਜਿੱਥੇ ਗਾਹਕ ਪਏ ਵੇਚਦਾ ਵੀ ਆਇਆ ਖਰੀਦਦਾ ਵੀ ਆਇਆ ਅੰਮ੍ਰਿਤਸਰ ਆ ਕੇ ਵੱਡੀ ਮੰਡੀ ਲੱਗਦੀ ਅੰਮ੍ਰਿਤਸਰ ਦੀ ਪਸ਼ੂਆਂ ਦੀ ਵੱਡੀ ਮੰਡੀ ਗੁਰੂ ਅਰਜਨ ਦੇਵ ਦੇ ਵੇਲੇ ਤੋਂ ਲੱਗਣੀ ਸ਼ੁਰੂ ਹੋਈ ਠੀਕ ਠੀਕ ਅੱਜ ਵੀ ਲੱਗਦੀ ਹੈ ਬੱਜਾਂ ਦੀ ਗਾਵਾਂ ਦੀ ਤੇ ਅੱਜ ਵੀ ਲੱਗਦੀ ਹੈ ਅੱਜ ਵੀ ਲੱਗਦੀ ਹੈ ਮਾਲ ਮੰਡੀ ਜਿਹੜੀ ਹੈ ਉਹਦੇ 'ਚ ਲੱਗਦੀ ਹੈ ਅੱਛਾ ਉਹ ਭਾਗਮਲ ਜਿਹੜਾ ਪਿਸ਼ਾਵਰੀ ਸੀਗਾ ਪਿਸ਼ੌਰ ਦਾ ਪਿਸ਼ੌਰੀ ਸਿੱਖ ਆਪਾਂ ਕਹਿੰਦੇ ਨੇ ਪਿਸ਼ਾਵਰੀ ਸਿੱਖ ਕਹਿ ਲਓ ਕਾਬਲੀ ਸਿੱਖ ਕਹਿ ਲਓ ਉਹ ਜਿਹੜਾ ਪਿਸ਼ਾਵਰੀ ਸਿੱਖ ਸੀਗਾ ਉਹਦੇ ਕੋਲੋਂ ਜਦੋਂ ਲਾਹੌਰ ਲੈ ਕੇ ਆਇਆ ਤੇ ਲਾਹੌਰ ਦੇ ਸੂਬੇਦਾਰ ਨੇ ਉਹ ਤੋਂ ਕੁਛ ਘੋੜੇ ਖਰੀਦੇ ਠੀਕ ਹੈ ਤੁਹਾਨੂੰ ਨਾਲ ਕਹਿੰਦਾ ਵੀ ਆਹ ਘੋੜਾ ਇੱਕ ਮੈਨੂੰ ਇਹ ਵੀ ਚਾਹੀਦਾ ਹਾਂਜੀ ਉਹ ਕਹਿੰਦਾ ਜੀ ਇਹ ਘੋੜਾ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਤੇ ਅਰਦਾਸ ਕਰਕੇ ਮੈਂ ਵੇਚਣਾ ਨੀਗਾ ਜੀ ਅਰਦਾਸ ਕਰਕੇ ਲੈ ਕੇ ਤੁਰੇ ਵੇਚਣ ਲਈ ਨਹੀਂ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦਦਾਰੇ ਕਰਨ ਜਾਣਾ ਤੇ ਉਹਨਾਂ ਨੂੰ ਭੇਟਾ ਕਰਨਾ ਜੀ ਇਹ ਵੇਚਣ ਲਈ ਨੀਗਾ ਮੈਂ ਤਦੇ ਨਾਲ ਰੱਖਿਆ ਵੀ ਉੱਥੋਂ ਲੈ ਕੇ ਆ ਤੇ ਇਹ ਕਿਹੜਾ ਉਹ ਕਹਿੰਦਾ ਮੈਨੂੰ ਪਸੰਦ ਹੁਣ ਇਹ ਆ ਗਿਆ ਠੀਕ ਹੈ ਸੂਬੇਦਾਰ ਕਹਿੰਦਾ ਉਹ ਕਹਿੰਦੇ ਜੀ ਮੈਂ ਵੇਚਣਾ ਹੀ ਨਹੀਂ ਤੇ ਤੁਸੀਂ ਖਰੀਦ ਕਿੱਦਾਂ ਸਕਦੇ ਆ ਸਕਦੇ ਹਾਂਜੀ ਵੀ ਮੇਰੀ ਮੈਂ ਅਰਦਾਸ ਕਰ ਚੁੱਕਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਦੇ ਉੱਤੇ ਬਾਕੀ ਜਿਹੜੇ ਮਰਜ਼ੀ ਘੋੜੇ ਤੁਸੀਂ ਲੈ ਜਾਓ ਉਹਨੇ ਜ਼ੋਰ ਨਾਲ ਨਾਲੇ ਦੇ ਕਿਹਾ ਵੀ ਲੈ ਤੂੰ ਕਹਿੰਦਾ ਵੇਚਣਾ ਨਹੀਂ ਤੇ ਵੇਚੀ ਨਾ ਹੁਣ ਮੈਂ ਲੈ ਚੱਲਿਆ ਕਈ ਵਾਰ ਜਿੱਦ ਜੀ ਹੋ ਜਾਂਦੀ ਉਹਨੇ ਜਿੱਦ ਕੀਤੀ ਤੇ ਉਹ ਕਹਿੰਦਾ ਲੈ ਮੇਰੇ ਨਾਲ ਮੈਂ ਸੂਬੇਦਾਰ ਲਾਹੌਰ ਦਾ ਤੇ ਮੇਰੇ ਨਾਲ ਤੇਰਾ ਪਾਤਸ਼ਾਹ ਵੱਡਾ ਹੋ ਗਿਆ ਮੈਂ ਵੱਡਾ ਤੇ ਉਹਨੇ ਚੱਕ ਕੇ ਘੋੜਾ ਜਬਰੀ ਆਪਦੇ ਕੋਲ ਰੱਖ ਲਿਆ ਠੀਕ ਹੈ ਇਹ ਹੁਣ ਭਾਗਮਾਲ ਜਿਹੜਾ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ 'ਚ ਪਹੁੰਚਿਆ ਸਤਿਗੁਰੂ ਮੈਂ ਇੱਦਾਂ ਅਰਦਾਸ ਕਰਕੇ ਤੁਰਿਆ ਸੀਗਾ ਤੇ ਆਹ ਸਾਰਾ ਕਹਾਣੀ ਵਰਤ ਗਈ ਆ ਤੇ ਸੂਬੇਦਾਰ ਨੇ ਮੈਨੂੰ ਪੈਸੇ ਵੀ ਨਹੀਂ ਦਿੱਤੇ ਜਬਰੀ ਘੋੜਾ ਰੱਖ ਲਿਆ ਤੇ ਉਹ ਕਹਿੰਦਾ ਵੀ ਤੇ ਸਤਿਗੁਰੂ ਨੂੰ ਕਹਿੰਦੇ ਵੀ ਭਾਗਮਾਲ ਜਦੋਂ ਤੂੰ ਅਰਦਾਸ ਕੀਤੀ ਸੀ ਘੋੜਾ ਤੇਰਾ ਉਦੋਂ ਪਹੁੰਚ ਗਿਆ ਸੀ ਉਹ ਘੋੜਾ ਹੁਣ ਹੋ ਗਿਆ ਗੁਰੂ ਦਾ ਤੂੰ ਆਪਣਾ ਸਿਰ ਨਵਾਇਆ ਤੇ ਘੋੜਾ ਜੇ ਗੁਰੂ ਦੇ ਕੋਲ ਤੂੰ ਅਰਦਾਸ ਕੀਤਾ ਤੇ ਗੁਰੂ ਕੋਲ ਆਪੇ ਪਹੁੰਚ ਜਾਊਗਾ ਫਿਰ ਠੀਕ ਹੈ ਅੱਛਾ ਦੇਵ ਨਿੱਤ ਕੀ ਹੋਇਆ ਕਿ ਘੋੜਾ ਸੂਬੇਦਾਰ ਲੈ ਗਿਆ ਤੇ ਘੋੜਾ ਉੱਥੇ ਗਿਆ ਤੇ ਉਹ ਘੋੜੇ ਨੂੰ ਇੱਕ ਔਰ ਇਹੋ ਜਿਹੀ ਪੈ ਗਈ ਉਹ ਤਿੰਨਾਂ ਲੱਤਾਂ ਤੇ ਖੜਾ ਹੁੰਦਾ ਚੌਥੀ ਲੱਤ ਥੱਲੇ ਨਹੀਂ ਲਾਉਂਦਾ ਜੇ ਚੌਥੀ ਲੱਤ ਥੱਲੇ ਨਹੀਂ ਲਾਉਂਦਾ ਤੇ ਇਹਦਾ ਮਤਲਬ ਉਹਦੀ ਪ੍ਰੈਕਟਿਸ ਨਹੀਂ ਕਰਾਈ ਜਾ ਸਕਦੀ ਦੌੜ ਨਹੀਂ ਸਕਦਾ ਹੈਗਾ ਕਿੱਥੇ ਉਹ ਘੋੜਾ ਸਭ ਤੋਂ ਵਧੀਆ ਕਿੱਥੇ ਨਕਾਰਾ ਹੋ ਗਿਆ ਉਹਨੂੰ ਖਾਣ ਨੂੰ ਦਿੰਦੇ ਉਹ ਖਾਂਦਾ ਵੀ ਨਹੀਂ ਪੂਰਾ ਉਹ ਘੋੜਾ ਲਿੱਸਾ ਹੋਣਾ ਸ਼ੁਰੂ ਹੋ ਗਿਆ ਤੇ ਦੌੜ ਭੱਜ ਨਹੀਂ ਕਰ ਸਕਦਾ ਕਿਉਂਕਿ ਤੀਜੀ ਲੱਤ ਥੱਲੇ ਨਹੀਂ ਲਾਉਂਦਾ ਹੈਗਾ ਤਿੰਨ ਲੱਤਾਂ ਲਾਉਂਦਾ ਚੌਥੀ ਲੱਤ ਥੱਲੇ ਨਹੀਂ ਲਾਉਂਦਾ ਚੌਥੀ ਲੱਤ ਚੱਕ ਹੀ ਰੱਖਦਾ ਹਮੇਸ਼ਾ ਤੇ ਜਿੱਦਾਂ ਕਿਸੇ ਨੇ ਫੜ ਲਈ ਹੁੰਦੀ ਬੰਨ ਦਿੱਤੀ ਹੁੰਦੀ ਲੱਤ ਤੇ ਉਹ ਹੁਣ ਸੂਬੇਦਾਰ ਨੂੰ ਪੈ ਗਿਆ ਵੀ ਫਿਕਰ ਵੀ ਆ ਤਾਂ ਗੱਲ ਮਾੜੀ ਹੋ ਗਈ ਤੇ ਉਹਨੇ ਕਿਹਾ ਵੀ ਚਲੋ ਜਿਹੜੀ ਚੀਜ਼ ਹੁਣ ਕਿਸੇ ਨੇ ਲੈਣਾ ਵੀ ਨੀਗਾ ਜ਼ੋਰ
ਵਰਤੀ ਹੁੰਦੀ ਨਾ ਇਹ ਗੱਲ ਵੀ ਨੋਟ ਬਹੁਤ ਲੋਕਾਂ ਨੇ ਜਿਹੜਾ ਨੋਟਬੰਦੀ ਹੋਈ ਤੇ ਨੋਟ ਜਿਹਨਾਂ ਕੋਲ ਨਹੀਂ ਬਦਲਾਇਆ ਗਿਆ ਉਹ ਕਹਿੰਦੇ ਨੋਟ ਬਦਲਾਇਆ ਨਹੀਂ ਗਿਆ ਇੰਡੀਆ ਜਾਣਾ ਆਜ਼ਾਦੀ ਟਿਕਟ ਲਾਈ ਜਿਹੜੀ ਇੱਥੇ ਥੋੜੇ ਮੈਂ ਕਿੱਥੇ ਜੀ ਗੁਰਦੁਆਰੇ ਜਾਂ ਗੁਰਦੁਆਰੇ ਪਾ ਹਾਂਜੀ ਹਾਂਜੀ ਮੰਦਰਾਂ 'ਚ ਪਾ ਦਿਓ ਹਾਂਜੀ ਵਰਤੀ ਲੋਕਾਂ ਦੀ ਜੀ ਤੇ ਉਹ ਜਿਹੜੀ ਵਰਤੀ ਜਿਹੜੀ ਧਰਮ ਦੇ ਅੰਦਰ ਨਾ ਧਰਮ ਬੜਿਆ ਹੋਵੇ ਬਾਰ ਬਾਰ ਧਰਮ ਦਾ ਦਿਖਾਵਾ ਹੋਵੇ ਤੇ ਉਹ ਸੂਬੇਦਾਰ ਨੇ ਕਾਜੀ ਨੂੰ ਕਿਹਾ ਲੈ ਵੀ ਕਾਜੀ ਆ ਰੁਸਤਮ ਖਾਂ ਘੋੜਾ ਤੈਨੂੰ ਦਿੱਤਾ ਹਾਂਜੀ ਉਹਨੇ ਘੋੜਾ ਜਿਹੜਾ ਸਾਰੇ ਲੱਤ ਦੀ ਹੁੰਦਾ ਉਹਨੂੰ ਦੇਤਾ ਹੁਣ ਕਾਜੀ ਨੇ ਆ ਕੇ ਇਲਾਜ ਲੂਜ ਕਰਾਇਆ ਘੋੜਾ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਖੂਬਸੂਰਤ ਸੀਗਾ ਨਾਮਣਾ ਸੀ ਉਹਨੂੰ ਪਤਾ ਸੀ ਸੂਬੇਦਾਰ ਜਬਰੀ ਲੈ ਕੇ ਆਇਆ ਹੋਇਆ ਇਸ ਘੋੜੇ ਦੇ ਨਾਲ ਲੜਨ ਨੂੰ ਤਿਆਰ ਹੋ ਗਏ ਸੂਬੇਦਾਰ ਏਡਾ ਵਧੀਆ ਘੋੜਾ ਆ ਤੇ ਕਾਜੀ ਰੁਸਤਮ ਖਾਂ ਘੋੜਾ ਲੈ ਆਇਆ ਉਹਨੂੰ ਫ੍ਰੀ 'ਚ ਮਿਲਦਾ ਫ੍ਰੀ ਦੀ ਤਾਂ ਕਹਿੰਦੇ ਬਈ ਕੋਈ ਸਾਡੀ ਵੈਸੇ ਪੰਜਾਬੀਆਂ ਦੀ ਬਿਰਤੀਆਂ ਬਾਰੇ ਇਹ ਗੱਲ ਕਹੀ ਗਈ ਆ ਕਿ ਫ੍ਰੀ ਦਾ ਤਾਂ ਕਿਸੇ ਨੂੰ ਕਹਿੰਦੇ ਵੀ ਠੂਹਾਂ ਵੀ ਦੇ ਦਿਓ ਤੋ ਵੀ ਚੱਕ ਕੇ ਘਰ ਲੈ ਉਹ ਭਾਵੇਂ ਜਾਂਦੇ ਡੰਗ ਮਾਰ ਸਾਡੇ ਦੁਆਲੇ ਸਾਰੇ ਮੇਲੇ ਦਾ ਝੁਰੁੱਟ ਪੈ ਗਿਆ ਲੋਕੀ ਹੱਥਾਂ 'ਚ ਕਿਤਾਬਾਂ ਖੋ ਖੋ ਕੇ ਲਿਆਉਂਦੇ ਸੀ ਹਾਲੇ ਉਹਨੂੰ ਕਹਿੰਦੇ 1.25 ਲੱਖ ਕਿਤਾਬ ਆ ਅਸੀਂ ਵੰਡਣੀ ਆ ਸਾਰੀ ਵੰਡਣ ਲਈ ਲੈ ਕੇ ਚਾਰ ਟਰੱਕ ਭਰੇ ਪਏ ਆ ਸਾਰਿਆਂ ਨੂੰ ਮਿਲ ਜਾਣੀਆਂ ਪਰ ਜਦੋਂ ਲਿਆ ਕੇ ਰੱਖਦੇ ਸੀ ਸਾਡੇ ਤੋਂ ਖੋਹ ਨੂੰ ਪਈ ਜਾਂਦੀ ਲੋਕ ਸਾਨੂੰ ਵੰਡਰੀਆਂ ਬੰਦ ਕਰਨੀਆਂ ਪੈਂਦੀਆਂ ਫਿਰ ਦੁਬਾਰਾ ਸ਼ੁਰੂ ਕਰਦੀ ਸੀ ਫਿਰ ਦੁਬਾਰਾ ਉਹ ਹਾਲ ਹੋ ਜਾਂਦਾ ਸੀਗਾ ਸੋ ਉਹ ਕਹਿੰਦੇ ਵੀ ਪੜ੍ਹਨੀ ਕਿਸੇ ਨੇ ਨਹੀਂ ਪੜ੍ਹਨੀ ਪਰ ਲੈ ਕੇ ਹੱਥ ਸੀਗਾ ਤੇ ਉਹ ਮੈਨੂੰ ਉੱਥੇ ਗੱਲ ਕਹੀ ਸੀ ਸਾਡੇ ਬੜੇ ਪਿਆਰੇ ਮਿੱਤਰ ਆ ਭਾਈ ਲੱਖਾ ਸਿੰਘ ਜੀ ਇੱਥੇ ਹੁੰਦੇ ਆ ਉਹ ਕਹਿੰਦਾ ਰਾਣਾ ਜੀ ਵੀ ਫ੍ਰੀ ਦਾ ਭਾਵੇਂ ਕਿਸੇ ਠੂਹਾਂ ਦੇ ਦਿੰਦਾ ਉਹ ਵੀ ਕਹਿੰਦਾ ਫੜ ਲੈਂਦਾ ਭਾਵੇਂ ਹੱਥ ਡਾਂਗ ਮਾਰ ਦੇ ਖੈਰ ਸੋ ਫ੍ਰੀ ਦਾ ਕਾਜੀ ਵੀ ਤੇ ਉਹਨੇ ਕਿਹਾ ਵੀ ਚੱਲ ਕੀ ਹੋਇਆ ਮੈਨੂੰ ਫ੍ਰੀ ਦਾ ਹੀ ਉਹਨੇ ਆਖ ਜਾ ਕੇ ਇਲਾਜ ਲੂਜ ਕਰਾਇਆ ਕੋਸ਼ਿਸ਼ ਕੀਤੀ ਵੀ ਠੀਕ ਹੋ ਜਾਏ ਘੋੜਾ ਇਸ ਘੋੜੇ 'ਤੇ ਘੁੰਮਿਆ ਫਿਰਾਂਗੇ ਘੋੜਾ ਬੜਾ ਸੋਹਣਾ ਆ ਉੱਚਾ ਬਾਕੀ ਘੋੜਿਆਂ ਨਾਲੋਂ ਪਰ ਕਾਜੀ ਦੀ ਜਾ ਕੇ ਉਹ ਠੀਕ ਨਹੀਂ ਹੋਇਆ ਠੀਕ ਹੈ ਤੇ ਕਾਜੀ ਨੇ ਕਿਹਾ ਵੀ ਹੁਣ ਇਹਦਾ ਕੀ ਕੀਤਾ ਜਾਵੇ ਕਾਜੀ ਸੋਚਾਂ 'ਚ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਾਂ ਪਿਛਲੇ ਐਪੀਸੋਡਾਂ 'ਚ ਜ਼ਿਕਰ ਕੀਤਾ ਕਿ ਜਹਾਂਗੀਰ ਦੇ ਨਾਲ ਵਾਪਸ ਆਉਂਦੇ ਆਉਂਦੇ ਆ ਕੇ ਮਜੰਗ 'ਚ ਠਹਿਰ ਗਿਆ ਜਹਾਂਗੀਰ ਕਸ਼ਮੀਰ ਚਲ ਗਿਆ ਚੰਦੂ ਨੂੰ ਸਜ਼ਾ ਦਿੱਤੀ ਆ ਕਿਉਂਕਿ ਚੰਦੂ ਨੂੰ ਸਜ਼ਾ ਦਿੱਤੀ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਸਾਈ ਮੀਆਂ ਮੀਰ ਗੁਰੂ ਸਾਹਿਬ ਦਾ ਸ਼ਰਧਾਲੂ ਆ ਇਹ ਸਾਈ ਮੀਆਂ ਮੀਰ ਦਾ ਵੀ ਸ਼ਰਧਾਲੂ ਆ ਕਾਜੀ ਥੋੜ੍ਹਾ ਜਿਹਾ ਸਾਈ ਮੀਆਂ ਮੀਰ ਦਾ ਨੇੜਤਾ ਇਹਦੀ ਹੈਗੀ ਆ ਪੀਰ ਹੋਣ ਦੇ ਨਾਤੇ ਉਹ ਸਾਈ ਮੀਆਂ ਮੀਰ ਦਾ ਬੜਾ ਵੱਡਾ ਨਾਮਣਾ ਆ ਅਧਿਆਤਮਕ ਰੂਹਾਨੀ ਸ਼ਕਤੀਆਂ ਦੇ ਤੌਰ ਦੇ ਉੱਤੇ ਅਤੇ ਇਹ ਮਜੰਗ ਦੇ ਵਿੱਚ ਉਹ ਸਤਿਗੁਰੂ ਅੜ ਕੇ ਅਤੇ ਸਤਿਗੁਰੂ ਦੇ ਕੋਲ ਇਹਨੇ ਜਾਣਾ ਸ਼ੁਰੂ ਕਰ ਦਿੱਤਾ ਕਿ ਕਿਉਂਕਿ ਬਾਦਸ਼ਾਹ ਸਤਿਗੁਰੂ ਦਾ ਸ਼ਰਧਾਲੂ ਆ ਅਤੇ ਇਹਦੀ ਬਿਰਤੀ ਇਹ ਹੈ ਕਿਉਂਕਿ ਬਾਦਸ਼ਾਹ ਸ਼ਰਧਾਲੂ ਆ ਇਸ ਕਰਕੇ ਮੈਂ ਸਤਿਗੁਰੂ ਦੇ ਨੇੜੇ ਹੋਊਂਗਾ ਅਤੇ ਮੈਂ ਬਾਦਸ਼ਾਹ ਦੀ ਚੰਗੀਆਂ ਨਿਗਾਹ 'ਚ ਆਜੂਗਾ ਕਈ ਵਾਰੀ ਧਾਰਮਿਕ ਆਖੇ ਜਾਂਦੇ ਲੋਕ ਅੰਦਰੋਂ ਧਾਰਮਿਕ ਨਹੀਂ ਹੁੰਦੇ ਪਰ ਬਿਰਤੀਆਂ ਹੁੰਦੀਆਂ ਕਿ ਆਹ ਡੇਰੇ 'ਤੇ ਹੁਣ ਬਾਕੀ ਚੱਲਿਆ ਜਿੱਦਾਂ ਪੋਲੀਟੀਸ਼ਨ ਅੱਜ ਕਰਦੇ ਆ ਉਹ ਡੇਰੇ 'ਤੇ ਲੋਕ ਆਉਂਦੇ ਉੱਥੇ ਚਲੇ ਜਾਂਦੇ ਕਿ ਮੈਂ ਵੀ ਇਸ ਡੇਰੇ ਦਾ ਜਾਵਾਂ ਤਾਂ ਲੋਕ ਮੈਨੂੰ ਸਮਝਦੇ ਮੈਂ ਡੇਰੇ ਦਾ ਸ਼ਰਧਾਲੂ ਮੈਨੂੰ ਵੋਟਾਂ ਪਾਉਣਗੇ ਇਹ ਕਾਜੀ ਦੀ ਉਦੋਂ ਬਿਰਤੀ ਸੀ ਕਿ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਆ ਅਤੇ ਮੈਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ 'ਚ ਜਾ ਕੇ ਬੈਠਾਂ ਅਤੇ ਉਹ ਸਮਝੂਗੇ ਵੀ ਮੈਂ ਮਤਸਵੀ ਨਹੀਂ ਅਤੇ ਮੇਰੀ ਵੀ ਬਾਦਸ਼ਾਹ ਦੀ ਨੇੜਤਾ ਬਣ ਜੂਗੀ ਠੀਕ ਹੈ ਇਹ ਜਿਹੜੀ ਗੱਲ ਇਹ ਜਿਹੜੀ ਬਿਰਤੀ ਸੀਗੀ ਕਾਜੀ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਆਇਆ ਥੋੜ੍ਹਾ ਜਿਹਾ ਆਇਆ ਆਪਣਾ ਉਹਦਾ ਸਵਾਰਥੀ ਸੀ ਬਿਰਤੀ ਹੋਰ ਸੀਗੀ ਹੈਗਾ ਅੰਦਰੋਂ ਮਤਸਵੀ ਸੀਗਾ ਨੇੜੇ ਆਇਆ ਤੇ ਕਹਿੰਦੇ ਸਤਿਗੁਰੂ ਜੀ ਤੁਸੀਂ ਘੋੜਿਆਂ ਦੇ ਬੜੇ ਸ਼ੌਕੀਨ ਆ ਮੇਰੇ ਕੋਲ ਵੀ ਇੱਕ ਘੋੜਾ ਆ ਘੋੜਾ ਬਹੁਤ ਸ਼ਾਨਦਾਰ ਆ ਆਮ ਘੋੜਿਆਂ ਨਾਲੋਂ ਤਕਰੀਬਨ 1.5 ਗੱਠ ਉੱਚਾ ਆ ਘੋੜਾ ਤੇ ਮੈਂ ਘੋੜਾ ਵੇਚਣਾ ਚਾਹੁੰਦਾ ਸਤਿਗੁਰੂ ਕਹਿੰਦੇ ਲੈ ਸਤਿਗੁਰੂ ਨੇ ਕਿਹਾ ਕਿੰਨੇ ਪੈਸੇ ਚਾਹੀਦੇ ਕਹਿੰਦੇ ਵੀ ਇੰਨੇ ਮੈਨੂੰ ਚਾਹੀਦੇ ਆ ਸਤਿਗੁਰ ਨੇ ਉਹਨੂੰ ਪਤਾ ਸੀਗਾ ਵੀ ਘੋੜਾ ਤੇ ਚੱਲਦਾ ਹੀ ਨਹੀਂ ਉਹਨੇ ਥੋੜੇ ਪੈਸੇ ਮੰਗੇ ਜਿੰਨੇ ਮੰਗੇ ਉਹਨਾਂ ਨੇ ਜਿੰਨਾ ਮੁੱਲ ਸੀ ਮਾਰਨੀ 'ਚ ਨਹੀਂ ਮੰਗਿਆ ਥੋੜੇ ਮੰਗੇ ਕਿਉਂਕਿ ਘੋੜਾ ਤੇ ਚੱਲਦਾ ਹੀ ਨਹੀਂ ਸੀ ਉਹਨੂੰ ਫ੍ਰੀ ਦਾ ਮਿਲਿਆ ਸੀ ਤੇ ਸਤਿਗੁਰ ਨੇ ਜਿੰਨੇ ਮੰਗੇ ਉਹਨੇ ਪੈਸੇ ਉਹਨੇ ਉਹਨੂੰ ਦੇ ਦਿੱਤੇ ਠੀਕ ਰਿਫਰਜ ਕਰੋ ਜੇ ਘੋੜਾ 100 ਮੋਹਰਾਂ ਦਾ ਸੋਨੇ ਦੀਆਂ ਦਾ ਤੇ ਉਹ 20 ਮੋਹਰਾਂ 'ਚ ਦੇ ਗਿਆ ਜੇ ਉਹ ਸਹੀ ਸਲਾਮਤ ਹੁੰਦਾ ਉਹਨੇ 150 ਜਾਂ 200 ਮੋਹਰ ਦੇ ਵਿੱਚ ਵੇਖਣਾ ਸੀਗਾ ਤੇ 20 ਮੋਹਰਾਂ 'ਚ ਉਹਨੇ ਮੰਗੀਆਂ ਵੀ ਮੇਰੇ ਕੋਲ ਤਾਂ ਉਹਨੇ ਕਿਹਾ ਵੀ ਘੋੜਾ ਤਾਂ ਲੰਘਦਾ ਹੀ ਆ ਵੀ ਮੁਫ਼ਤ ਦੇ ਹੀ ਆ ਤੇ 20 ਮੋਹਰਾਂ ਸਤਿਗੁਰ ਨੇ ਉਹਦੇ ਹੱਥੇ ਰੱਖੀਆਂ 20 ਮੰਗੀਆਂ 21 ਰੱਖੀਆਂ ਇੱਦਾਂ ਕਹਿ ਲਓ ਉਹਦੇ ਮੰਗੇ ਤੋਂ ਜ਼ਿਆਦਾ ਦਿੱਤੇ ਤੇ ਘੋੜਾ ਲੈ ਲਿਆ ਹੁਣ ਸਤਿਗੁਰ ਦੇ ਜਦੋਂ ਅਸਤਬਲ ਦੇ ਵਿੱਚ ਘੋੜਾ ਗਏ ਸਤਿਗੁਰ 2.5-3 ਮਹੀਨੇ ਉੱਥੇ ਰਹੇ ਆ ਮਜੰਗ ਸਤਿਗੁਰ ਨੇ ਉਸ ਘੋੜੇ ਦੇ ਉੱਤੇ ਹੱਥ ਫੇਰਿਆ ਕੁਛ ਅਲਾਹੀ ਬਖਸ਼ਿਸ਼ਾਂ ਹੋਈਆਂ ਉਹਦੇ ਉੱਤੇ ਕੁਛ ਉਹਦੀ ਜਿਹੜੇ ਗੁਰੂ ਘਰ ਦੇ ਸਿਆਣੇ ਘੋੜਿਆਂ ਨੂੰ ਸਾਂਭਣ ਵਾਲੇ ਸੀਗੇ ਅਸਤਬਲ ਨੂੰ ਸਾਂਭਣ ਵਾਲੇ ਘੋੜਿਆਂ ਦੇ ਨੂੰ ਉਹਨਾਂ ਨੇ ਉਹਦੀ ਚੰਗੀ ਦੇਖਭਾਲ ਕੀਤੀ ਲੱਤ ਦੀ ਮਾਲਿਸ਼ ਵਗੈਰਾ ਹੋਈ ਚੰਗੀ ਤਰ੍ਹਾਂ ਸਾਰੀ ਚੰਗੀ ਤਰ੍ਹਾਂ ਉਹਦੀ ਮਸਾਜ ਕੀਤੀ ਗਈ ਤੇ ਉਹਦੀ ਲੱਤ ਚੱਲ ਨਿਕਲੀ ਤੇ ਉਹ ਦੌੜਨਾ ਸ਼ੁਰੂ ਕਰਤਾ ਠੀਕ ਤੇ ਸਤਿਗੁਰੂ ਫਿਰ ਜਦੋਂ ਦੌੜਨਾ ਸ਼ੁਰੂ ਕੀਤਾ ਤੇ ਸਤਿਗੁਰੂ ਨੇ ਉਸ ਘੋੜੇ 'ਤੇ ਬੈਠ ਕੇ ਜਦੋਂ ਲਾਹੌਰ ਦਾ ਗੇੜਾ ਦਿੱਤਾ ਨਾ ਤੇ ਬਾਕੀ ਘੋੜਿਆਂ ਨਾਲ ਸੱਚੀ ਘੋੜਾ 1.5 ਇੰਚ ਉੱਚਾ ਤੇ ਉਦਾਂ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਉੱਚਾ ਕਰ ਦਗਾ ਤੇ ਉਹ ਤਾਂ ਸ਼ਾਨ ਬਣਦੀ ਸੀ ਵੀ ਇਦਾਂ ਦਾ ਘੋੜਾ ਕਿਸੇ ਕੋਲ ਹੈ ਹੀ ਨਹੀਂ ਹੁਣ ਕਾਜੀ ਦੇਖ ਕੇ ਅੰਦਰੋਂ ਉਹਦੇ ਮਨ 'ਚ ਆਇਆ ਮਨ 'ਚ ਮੈਂ ਤਾਂ ਮੂੰਹ 'ਚ ਲੁੱਟਿਆ ਗਿਆ ਹਾਂਜੀ
ਵੀ ਮੈਂ ਤਾਂ ਲੁੱਟਿਆ ਗਿਆ ਘਾਟੇ ਦਾ ਇਹ ਤਾਂ ਹੈਗਾ ਸੀ 150-200 ਮੋਹਰਾਂ ਦੀ ਗੱਲ ਸੀ ਤੇ ਮੈਂ ਤਾਂ 20-21 ਲੈ ਕੇ ਸਾਰ ਲਿਆ ਤੇ ਮੈਂ ਘਾਟੇ ਦਾ ਸੌਦਾ ਹੁਣ ਸਤਿਗੁਰ ਤੋਂ ਮੰਗਦਾ ਵੀ ਨਹੀਂ ਪਰ ਨਾਲ ਈਰਖਾ ਸ਼ੁਰੂ ਹੋ ਗਈ ਆ ਜੀ ਚੁਗਲੀਆਂ ਸ਼ੁਰੂ ਕਰ ਦਿੱਤੀਆਂ ਇਹ ਜਿਹੜੀ ਬਿਰਤੀ ਜਿਹੜੀ ਮਾੜੇ ਲੋਕਾਂ ਦੀ ਬਿਰਤੀ ਹੁੰਦੀ ਮੰਗ ਲੈਂਦਾ ਸ਼ਾਇਦ ਸਤਿਗੁਰ ਕਹਿੰਦੇ ਲੈ ਬਈ ਹਾਂਜੀ ਇਦਾਂ ਮੰਗਦਾ ਵੀ ਨਹੀਂ ਪਰ ਵਿਰੋਧ ਤਾਂ ਕਰਨੀ ਸ਼ੁਰੂ ਕਰ ਦਿੱਤੀ ਸਤਿਗੁਰ ਦੇ ਦਰਬਾਰ 'ਚ ਵੀ ਆਉਣਾ ਸ਼ੁਰੂ ਕਰ ਦਿੱਤਾ ਆਉਣਾ ਬੰਦ ਕਰ ਦਿੱਤਾ ਅੱਛਾ ਜੀ ਸਤਿਗੁਰੂ 2.5-3 ਮਹੀਨੇ ਉੱਥੇ ਉਹ ਦੇਖਦਾ ਰਿਹਾ ਅੰਦਰੋਂ ਹੱਥ ਦੁਸ਼ਮਣੀ ਕਾਜੀ ਨੇ ਪਾਲ ਲਈ ਆ ਈਰਖਾ ਪਾਲ ਲਈ ਆ ਵੀ ਗੁਰੂ ਘਰ ਤਾਂ ਲੁਟੇਰਿਆਂ ਦੀ ਜਮਾਤ ਆ ਦੇਖੋ ਜੀ ਮੇਰਾ ਇਹ ਗੱਲਾਂ ਕਰਨੀ ਸ਼ੁਰੂ ਕਰਦੇ ਦੇਖੋ ਜੀ ਮੇਰਾ ਘੋੜਾ ਸੀਗਾ ਤੇ ਮੇਰੇ ਤੋਂ ਤਾਂ 20 ਮੁਹਰਾਂ 'ਚ ਮੈਨੂੰ ਵਰਗਲਾ ਕੇ ਲੈ ਲਿਆ ਤੇ 150-200 ਤਾਂ ਮੇਰੇ ਤੋਂ ਘਾਟਾ ਪੱਕ ਚੱਲ ਗਿਆ ਕਾਜੀ ਦੀ ਬਿਰਤੀ ਹੈ ਧਾਰਮਿਕ ਕਿਹਾ ਜਾਂਦਾ ਵਿਅਕਤੀ ਕਮੀ ਕੋਈ ਨਹੀਂ ਸ਼ਾਹੀ ਕਾਜੀ ਆ ਪਰ ਬਿਰਤੀ ਜਿਹੜੀ ਆ ਉਹ ਗੁਰੂ ਘਰ ਦਾ ਵਿਰੋਧ ਸ਼ੁਰੂ ਕਰਦਾ ਠੀਕ ਹੈ ਸੋ ਜਿਹੜਾ ਪਹਿਲਾਂ ਬੈਠਣਾ ਸੀਗਾ ਉਹ ਉਹ ਝੂਠਾ ਝੂਠਾ ਸੀਗਾ ਸਤਿਗੁਰ ਨੇ ਗੁਰਬਾਣੀ 'ਚ ਜ਼ਿਕਰ ਵੀ ਕੀਤਾ ਕਿ ਜੇ ਕੋਈ ਬੰਦਾ ਝੂਠਾ ਝੂਠਾ ਹੋਵੇ ਅੰਦਰੋਂ ਬਗਲਿਆਂ ਵਾਲੀ ਉਹਦੀ ਹੋਵੇ ਬਿਰਤੀ ਤੇ ਕਿਤੇ ਹੰਸਾਂ 'ਚ ਆ ਕੇ ਬੈਠ ਜਾਵੇ ਬਗਲ ਸਮਾਧ ਵੀ ਲਾਵੇ ਪਰ ਉਂਗਲ ਆਇਆ ਖੋਟਾ ਡਬੂਆ ਨਦਰ ਸਰਾਫਾਂ ਆਇਆ ਉਹ ਪਤਾ ਲੱਗ ਜਾਂਦਾ ਬਾਲਾ ਚਿਰ ਬੈਠ ਨਹੀਂ ਸਕਦਾ ਕਿਉਂਕਿ ਉਹ ਆਦਤ ਨਹੀਂ ਜਾਂਦੀ ਨਾ ਬਾਲਾ ਚਿਰ ਉਹਨੇ ਮੱਛੀ ਫੜਨੀ ਫੜਨੀ ਸੋ ਇਹ ਕਾਜੀ ਦੁਸ਼ਮਣੀ ਕਰ ਚੁੱਕਾ ਇਹਦੀ ਬੱਚੀ ਸੀ ਰਿਸ਼ਮਤ ਖਾਂ ਦੀ ਕੌਲਾ ਇਹ ਆਪ ਜਾਣਦਾ ਸੀਗਾ ਵੀ ਕੌਲਾ ਨੂੰ ਮੈਂ ਕਾਜੀ ਆ ਇਹਨੇ ਉਹਨੂੰ ਧਰਮ ਦੀ ਸਿੱਖਿਆ ਦੇਣੀ ਚਾਹੁੰਦਾ ਆ ਨਮਾਜ਼ ਦੀ ਸਿੱਖਿਆ ਦੇਣੀ ਚਾਹੁੰਦਾ ਜਿੱਦਾਂ ਕਿ ਪਿਰਤ ਹੈਗੀ ਆ ਬੜਾ ਖਿਆਲ ਰੱਖਦੇ ਔਰ ਇਹ ਗੱਲ ਚੰਗੀ ਪਿਰਤ ਆ ਕਿ ਬੱਚਿਆਂ ਨੂੰ ਧਰਮ ਨਾਲ ਬਚਪਨ ਤੋਂ ਜੋੜੀ ਰੱਖਣਾ ਬਹੁਤ ਚੰਗੀ ਪਿਰਤ ਆ ਤੇ ਮੈਂ ਗੱਲ ਕਹਿੰਦਾ ਕਿ ਮੁਸਲਮਾਨਾਂ 'ਚ ਪਿਰਤ ਹੈਗੀ ਸਾਨੂੰ ਉਹਨਾਂ ਤੋਂ ਇਹ ਕੁਛ ਸਿੱਖਣਾ ਚਾਹੀਦਾ ਜਿਹੜੀ ਗੱਲ ਚੰਗੀ ਆ ਉਹ ਚੰਗੀ ਸਿੱਖਣੀ ਚਾਹੀਦੀ ਸਾਨੂੰ ਵੀ ਸਿੱਖਣਾ ਚਾਹੀਦਾ ਦੇਸ਼ਾਂ ਵਿਦੇਸ਼ਾਂ ਜਿੱਥੇ ਮਰਜ਼ੀ ਆ ਕੇ ਬੈਠੇ ਹੋਣ ਆਪਣਾ ਮਦਰੱਸੇ ਖੋਲ੍ਹਦੇ ਨੇ ਸਕੂਲ ਦੇ ਟਾਈਮ ਤੋਂ ਬਾਅਦ ਸਕੂਲ ਦੇ ਟਾਈਮ ਤੋਂ ਪਹਿਲਾਂ ਜਾਂ ਅੱਗੇ ਪਿੱਛੇ ਖਾਸ ਕਰਕੇ ਫਰਾਈਡੇ ਥਰਸਡੇ ਫਰਾਈਡੇ ਵਾਲੇ ਦਿਨ ਖਾਸ ਤੌਰ 'ਤੇ ਮਦਰੱਸੇ ਲੈ ਕੇ ਜਾਣਗੇ ਉਹਨਾਂ ਨੂੰ ਭਾਵੇਂ ਅਰਬੀ ਫਾਰਸੀ 'ਚ ਹੋਵੇ ਉਹਨਾਂ ਨੂੰ ਨਮਾਜ਼ ਪੜ੍ਹਨੀ ਸਿਖਾਉਣਗੇ ਕੁਰਾਨ ਸਿਖਾਉਣਗੇ ਔਰ ਇਹ ਜਿਹੜੀ ਗੱਲ ਹੈ ਇਹ ਸਾਨੂੰ ਵੀ ਦੇਸ਼ਾਂ ਵਿਦੇਸ਼ਾਂ 'ਚ ਬੈਠਿਆਂ ਨੂੰ ਜਿਹੜੀ ਚੰਗੀ ਗੱਲ ਆ ਆਪਣੇ ਗੁਆਂਢੀ ਤੋਂ ਸਿੱਖ ਲੈਣੀ ਚਾਹੀਦੀ ਔਰ ਕਾਜੀ ਦੀ ਵੀ ਬਿਰਤੀ ਸੀਗੀ ਉਹਨੇ ਕੌਲਾਂ ਜਿਹੜੀ ਸੀਗੀ ਉਹਨੂੰ ਪੜ੍ਹਨਾ ਪੈਣਾ ਸੀ ਤੇ ਉਹਨੇ ਆਪਣੀਆਂ ਬਿਰਤੀਆਂ ਦੇਖੀਆਂ ਸੀ ਕਾਜੀ ਦੀ ਜਿੱਦਾਂ ਸ਼ਾਹੀ ਕਾਜੀ ਉਹ ਕਾਜੀਆਂ ਬਾਰੇ ਜਾਣਦਾ ਸੀ ਇਹਨਾਂ ਸਾਰਿਆਂ ਦਾ ਜੀਵਨ ਕਿਹੋ ਜਿਹਾ ਆ ਤੇ ਕਿਸੇ ਕਾਜੀ ਹੋਰ ਕੋਲ ਪੜ੍ਹਨ ਦੀ ਬਿਆਨ ਕਿ ਸਾਈਂ ਮੀਆਂ ਮੇਰੇ ਨਾਲ ਵਧੀਆ ਬੰਦਾ ਕੋਈ ਨਹੀਂ ਹੈਗਾ ਉਹਦੇ ਕੋਲ ਉਹਦੇ ਵਰਗੀ ਰਹਾਨੀਅਤ ਕਿਸੇ ਕੋਲ ਨਹੀਂ ਉਹਨੇ ਆਪਣੀ ਬੱਚੀ ਸਾਈਂ ਮੀਆਂ ਮੀਰ ਦੇ ਕੋਲ ਪੜ੍ਹਨ ਪਾਈ ਹੁਣ ਸਾਈਂ ਮੀਆਂ ਮੀਰ ਜਿਹੜੇ ਆ ਉਹ ਤਾਂ ਮੁਤਸਬੀ ਨਹੀਂ ਉਹ ਤਾਂ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਆ ਹਾਂਜੀ ਹਾਂਜੀ ਉਹ ਤਾਂ ਸਿੱਖੀ ਦੇ ਸ਼ਰਧਾਲੂ ਆ ਗੁਰੂ ਨਾਨਕ ਦੇ ਸ਼ਰਧਾਲੂ ਆ ਗੁਰੂ ਅਰਜਨ ਦੇਵ ਦੇ ਸ਼ਰਧਾਲੂ ਆ ਗੁਰੂ ਹਰਗੋਬਿੰਦ ਸਾਹਿਬ ਦੇ ਬਹੁਤ ਸ਼ਰਧਾਲੂ ਆ ਉਹਨਾਂ ਨੇ ਨਾਲ ਨਾਲ ਜਿੱਥੇ ਰੱਬੀ ਕਲਾਮ ਦੀ ਗੱਲ ਕੀਤੀ ਜਿੱਥੇ ਨਾਲ ਉਹਨੇ ਕੁਰਾਨ ਪੜ੍ਹਾਈ ਜਿੱਥੇ ਨਾਲ ਬਾਕੀ ਦੁਨੀਆਂ ਦੀ ਸਿੱਖਿਆ ਦਿੱਤੀ ਉੱਥੇ ਨਾਲ ਗੁਰਬਾਣੀ ਵੀ ਪੜ੍ਹਾਈ ਸਿੱਖੀ ਦੇ ਸਿਧਾਂਤ ਵੀ ਪੜ੍ਹਾਏ ਨਾਲ ਨਾਲ ਕਿਉਂਕਿ ਧਰਮ ਦੀ ਸਿੱਖਿਆ ਤਾਂ ਹੀ ਪੂਰੀ ਹੋ ਸਕਦੀ ਜੇ ਕੰਪੈਰੀਟਿਵ ਸਟੱਡੀ ਹੋਵੇ ਬਿਲਕੁਲ ਤੁਲਨਾਤਮਕ ਅਧਿਆਨ ਆਪਾਂ ਕਹਿੰਦੇ ਪੰਜਾਬੀ ਦੇ ਵਿੱਚ ਉਹ ਕੰਪੈਰੀਟਿਵ ਸਟੱਡੀ ਕਰਕੇ ਫਿਰ ਤੁਸੀਂ ਉਹਦੇ 'ਚੋਂ ਆਪਣੇ ਧਰਮ ਦੀਆਂ ਚੰਗੀਆਂ ਖਾਸੀਅਤਾਂ ਕੱਢ ਕੇ ਦੱਸ ਸਕਦੇ ਤੇ ਸਾਈਂ ਮੀਆਂ ਵੀ ਕਰਾਉਂਦੇ ਸੀ ਗੱਲ ਤੇ ਨਾਲ ਉਹ ਦੱਸਦੇ ਸੀਗੇ ਵੀ ਆਹ ਦੇਖੋ ਕਿੰਨੀ ਉੱਚੀ ਗੱਲ ਆ ਸਿੱਖੀ ਨੇ ਕਿੰਨੀ ਉੱਚੀ ਗੱਲ ਕੀਤੀ ਆ ਸਾਡੇ ਤੋਂ ਸ਼ਾਇਦ ਨਾ ਕੀਤੀ ਜਾ ਸਕੀ ਹੋਵੇ ਸਿੱਖੀ ਕਹਿੰਦੀ ਅੱਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੌਣ ਮੰਦੇ ਸਿੱਖੀ ਕਹਿੰਦੀ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਘ ਹਮਕੋ ਬਣਿਆਈ ਪਰ ਜਦੋਂ ਕੋਈ ਧਰਮ ਨਾਲ ਟੁੱਟ ਜਾਂਦਾ ਹੈ ਜਦੋਂ ਕੋਈ ਧਰਮ ਉੱਤੇ ਹਮਲਾਵਰ ਹੁੰਦਾ ਸਿੱਖੀ ਕਹਿੰਦੀ ਓਏ ਬਖਾਦੀ ਦੋਖੀਆ ਓਏ ਗੁਰ ਤੇ ਹੂਟੇ ਹਮ ਛੂਟੇ ਆ ਉਹਨਾਂ ਤੇ ਓਏ ਹਮ ਤੇ ਛੂਟੇ ਸੋ ਇਹ ਸਾਰੇ ਪੱਖ ਜਿਹੜੇ ਸਰਪੱਖ ਆ ਇਹ ਸਾਈਂ ਮੀਆਂ ਮੀਰ ਨੇ ਬੱਚੀ ਕੌਲਾਂ ਨੂੰ ਸਿਖਾ ਦਿੱਤੇ ਕਿ ਗੁਰੂ ਤੋਂ ਬਿਨਾਂ ਮੁਕਤੀ ਨੇ ਗੁਰੂ ਦੇ ਦਰ ਤੇ ਜਾ ਕੇ ਮੁਕਤੀ ਹੁੰਦੀ ਆ ਨਾਮ ਆਪ ਜਪਣਾ ਪੈਂਦਾ ਹੈ ਕੋਈ ਤੁਹਾਡੀਆਂ ਬਾਹਰੀ ਜਿਹੜੀਆਂ ਸ਼ਰ੍ਹਾਂ ਦੀਆਂ ਗੱਲਾਂ ਬਾਹਰੀ ਆ ਉਹ ਤੁਹਾਡਾ ਬਾਹਰੀ ਜੀਵਨ ਤਾਂ ਦੇਖਣ ਯੋਗ ਧਾਰਮਿਕ ਬਣਾ ਦਿੰਦੀਆਂ ਪਰ ਅੰਤਰਾਤਮੇ ਜਦ ਤੱਕ ਨਹੀਂ ਉਤਰਦੇ ਜਦ ਤੱਕ ਉਹਦੇ ਨਾਲ ਨਹੀਂ ਜੁੜਦੇ ਜਦ ਤੱਕ ਪਰਉਪਕਾਰ ਦੀ ਭਾਵਨਾ ਨਹੀਂ ਆਉਂਦੀ ਜਦ ਤੱਕ ਉਹਦੇ ਨਾਮ ਨਾਲ ਨਹੀਂ ਜੁੜਦੇ ਉਦੋਂ ਤੱਕ ਤੁਸੀਂ ਸਹੀ ਧਰਮੀ ਨਹੀਂ ਤੁਹਾਡੀ ਸਹੀ ਰੋਹਾਨੀ ਹੁਣ ਕੌਲਾਂ ਇਹ ਗੱਲ ਸਿੱਖ ਗਈ ਆ ਕੌਲਾਂ ਬਾਣੀ ਪੜ੍ਹਨੀ ਸਿੱਖ ਗਈ ਆ ਕੌਲਾਂ ਬਾਣੀ ਨਾਲ ਜੁੜ ਗਈ ਕੌਲਾਂ ਦਾ ਗੁਰੂ ਘਰ ਨਾਲ ਪਿਆਰ ਵੀ ਹੋ ਗਿਆ ਆ ਅਤੇ ਇਹ ਕੌਲਾਂ ਹੁਣ ਹੌਲੀ ਹੌਲੀ ਛੋਟੀ ਅੱਲੜ ਉਮਰ ਤੋਂ 20 ਸਾਲ ਦੀ ਉਮਰ ਤੱਕ ਵੀ ਪਹੁੰਚ ਗਈ ਉਮਰ ਵੀ ਵੱਧ ਰਹੀ ਆ ਉੱਧਰੋਂ ਜਦੋਂ ਉਮਰ ਵਧੀ ਹੋਈ ਆ ਅਤੇ ਉੱਧਰੋਂ 20 ਸਾਲ ਦੀ ਉਮਰ ਹੋ ਗਈ ਆ ਅਤੇ ਉੱਧਰੋਂ ਬਾਣੀ ਪੜ੍ਹ ਰਹੀ ਆ ਬਾਣੀ ਨਾਲ ਲਗਾਅ ਉਹਦਾ ਧਰਮ ਦੇ ਨਾਲ ਲਗਾਅ ਵੀ ਬਹੁਤ ਆ ਅਤੇ ਇੱਕ ਦਿਨ ਉਹਨੂੰ ਬਾਣੀ ਪੜ੍ਹਦੀ ਨੂੰ ਘਰ ਬੈਠੀ ਨੂੰ ਕਾਜੀ ਨੇ ਦੇਖ ਲਿਆ ਠੀਕ ਹੈ ਅਤੇ ਕਾਜੀ ਤਾਂ ਪਹਿਲਾਂ ਹੀ ਹੁਣ ਗੁਰੂ ਸਾਹਿਬ ਦੀ ਬਾਣੀ ਪੜ੍ਹ ਰਹੀ ਆ ਤੇ ਕਾਜੀ ਪਹਿਲਾਂ ਗੁਰੂ ਸਾਹਿਬ ਨੇ ਈਰਖਾ ਦੀ ਬਿਰਤੀ ਪਾਲ ਕੇ ਬੈਠਾ ਹੈਗਾ ਦੁਸ਼ਮਣੀ ਪਾਲ ਕੇ ਬੈਠਾ ਨਿਰਵੈਰ ਨਾਲ ਵੈਰ ਕਰ ਰਿਹਾ ਤੂੰ ਕਹਿੰਦਾ ਹੈ ਤੂੰ ਬਾਣੀ ਪੜ੍ਹਦੀ ਆ ਤੂੰ ਕਾਫਰਾਂ ਦੀ ਬਾਣੀ ਪੜ੍ਹਦੀ ਤੈਨੂੰ ਮੈਂ ਪੜ੍ਹਨ ਲਈ ਕੀ ਕਿਹਾ ਸੀ ਪੜ੍ਹਨ ਤੂੰ ਕੀ ਲੱਗ ਪਈ ਆ
ਤੇ ਉਹਨੇ ਇਹਨੂੰ ਕਿਹਾ ਤੂੰ ਖਬਰਦਾਰ ਕਿ ਤੂੰ ਬਾਣੀ ਪੜ੍ਹੀ। ਕਹਿੰਦੀ ਵੀ ਪਿਤਾ ਜੀ ਇਹ ਤੋਂ ਮੈਨੂੰ ਰਸ ਮਿਲਦਾ ਹੈ, ਇਹ ਤੋਂ ਮੈਨੂੰ ਆਨੰਦ ਆਉਂਦਾ, ਇਹਦੇ ਨਾਲ ਮੇਰਾ ਮਨ ਦਾ ਟਿਕਾਅ ਹੁੰਦਾ ਹੈ, ਜੋ ਮੈਨੂੰ ਜੀਵਨ ਦੀ ਸੇਧ ਮਿਲਦੀ ਹੈ ਮੇਰੀ ਬੋਲੀ 'ਚ ਆ, ਜਿਹੜੀ ਪੰਜਾਬ ਦੀ ਬੋਲੀ ਉਹਦੀ ਬੋਲੀ ਦੇ ਵਿੱਚ ਮੈਨੂੰ ਸਮਝ ਆਉਂਦੀ ਆ, ਮੈਨੂੰ ਸ਼ਾਇਦ ਅਰਬੀ ਫਾਰਸੀ ਦੀ ਉਹ ਗੱਲ ਸਮਝ ਨਹੀਂ ਆਉਂਦੀ ਜੋ ਮੈਨੂੰ ਇਹਦੇ ਵਿੱਚ ਜਿਹੜੀ ਮੈਨੂੰ ਇਹ 'ਚ ਸਮਝ ਆਉਂਦੀ ਆ ਤੇ ਸਿੱਖਿਆ ਸਾਈਮੀ ਅਮੀਰ ਜੀ ਕਹਿੰਦੇ ਉਹੀ ਆ ਕਰੀਬ ਕਰੀਬ ਸਾਰਾ ਕੁਛ, ਤੇ ਮੈਨੂੰ ਇਹ ਸਮਝ ਆਉਂਦੀ ਆ ਤੇ ਮੇਰਾ ਤੇ ਸ਼ਰਧਾ ਇਹਦੇ ਨਾਲ ਜੁੜ ਗਈ ਆ, ਮੈਨੂੰ ਉੱਡੇ ਸਤਿਕਾਰ ਨਾਲ ਰੱਖਦੀ ਆ, ਉਦੋਂ ਵੀ ਜ਼ਿਆਦਾ ਸਤਿਕਾਰ ਦਿੰਦੀ। ਸੋ ਇਹ ਰੱਬ ਦਾ ਰੂਪ ਹੈ, ਧੁਰ ਤੋਂ ਆਈ ਬਾਣੀ ਆ, ਜਿੱਦਾਂ ਕੁਰਾਨ ਉਸ ਅਕਾਲ ਪਰਮਾਤਮਾ ਦਾ ਖੁਦਾ ਦਾ ਪੈਗਾਮ ਆ ਜੀ ਪੈਗੰਬਰ ਤੇ ਆਇਆ, ਉਹਦਾ ਧੁਰ ਕੀ ਬਾਣੀ ਆਈ ਆ, ਉਹ ਵੀ ਪਰਮਾਤਮਾ ਦੇ ਖੁਦਾ ਦੇ ਬੋਲਿਆ ਤੇ ਇਹਦੀ 'ਚ ਮਾੜੀ ਗੱਲ ਤਾਂ ਕੋਈ ਹੈ ਨੀ, ਮੈਨੂੰ ਤਾਂ ਦਿਸੀ ਨਹੀਂ ਜੀ ਕੋਈ ਮਾੜੀ ਗੱਲ ਤਾਂ ਦੱਸੋ, ਪਰ ਮਾੜੀ ਗੱਲ ਹੋਵੇ ਤੇ ਕੋਈ ਦੱਸੇ ਕਾਜੀ ਦੱਸ ਨਹੀਂ ਸਕਿਆ ਜੀ, ਤੇ ਉਹ ਕਹਿੰਦੀ ਮਾੜੀ ਗੱਲ ਕੋਈ ਹੈ ਨੀ ਤੇ ਮੈਨੂੰ ਪੜ੍ਹਨ ਤੋਂ ਕਿਉਂ ਰੋਕਦੇ, ਮੈਂ ਪੜ੍ਹਦੀ ਹਾਂ। ਉਹਨੇ ਮਾਂ ਨੂੰ ਕਿਹਾ ਫਿਰ ਧੀ ਦੇ ਜੋ ਨੇ ਇਹਨੂੰ ਬਾਣੀ ਇਹਨੂੰ ਕਹਿ ਵੀ ਕਾਫਲਾਂ ਦੀ ਬਾਣੀ ਪੜ੍ਹਨੀ ਬੰਦ ਕਰ ਦੇਵੇ, ਨਹੀਂ ਤਾਂ ਫਤਵਾ ਦਵਾ ਕੇ ਇਹਦੇ ਉੱਤੇ ਕਿ ਕਾਫਲਾਂ ਦੀ ਬਾਣੀ ਪੜ੍ਹਦੀ ਮੈਂ ਇਹਨੂੰ ਮਰਵਾ ਦੇਣਾ। ਠੀਕ ਹੈ, ਆਪਣੀ ਧੀ ਮਰਵਾਉਣ ਦੀ ਗੱਲ ਹੋ ਗਈ, ਯਾਨੀ ਕਿ ਇੱਥੋਂ ਤੱਕ ਆ ਗਈ ਗੱਲ। ਹਾਂਜੀ, ਤੇ ਆਲੇ ਦੁਆਲੇ ਜਦੋਂ ਗੱਲ ਮਾਂ ਕੋਲ ਗਈ ਤੇ ਆਲੇ ਦੁਆਲੇ ਬੀਬੀਆਂ ਤੋਂ ਗੱਲ ਨਿਕਲੀ, ਗੱਲ ਮਹੱਲੇ 'ਚ ਫੈਲਣੀ ਸ਼ੁਰੂ ਹੋ ਗਈ, ਆਲੇ ਦੁਆਲੇ ਦੇ ਮਹੱਲੇ 'ਚ ਗੱਲ ਫੈਲਦੀ ਫੈਲਦੀ ਬਾਕੀ ਕਾਜੀਆਂ ਤੱਕ ਪਹੁੰਚ ਗਈ ਜੀ। ਹੁਣ ਉਹਨਾਂ ਨੇ ਉਹਨੂੰ ਕਾਜੀਆਂ ਨੇ ਛੇੜਨਾ, ਤੂੰ ਸ਼ਾਹੀ ਕਾਜੀ ਆ ਪਰ ਤੇਰੀ ਕੁੜੀ ਦਾ ਕਾਫਲਾਂ ਦੀ ਬਾਣੀ ਪੜ੍ਹਦੀ ਆ ਜਿਹੜੀ ਜਿਹੜੀ, ਖੰਭ ਦੇ ਡਰਾਂ ਬਣਨੇ ਸ਼ੁਰੂ ਹੋ ਗਏ। ਹਾਂਜੀ ਹਾਂਜੀ, ਹੁਣ ਉਹ ਸ਼ਰਮਿੰਦਾ ਮਹਿਸੂਸ ਕਰਦਾ ਆ ਤੇ ਆ ਕੇ ਘਰ ਮਾਂ ਉਹਦੀ ਮਾਂ ਨੂੰ ਗੁੱਸੇ ਹੁੰਦਾ, ਉਹਨੂੰ ਰੁਕੇ ਪਰ ਕਹਿੰਦੀ ਵੀ ਗੱਲ ਮਾੜੀ ਹੋਵੇ ਤਾਂ ਦੱਸੋ। ਮਾਂ ਵੀ ਕਹਿੰਦੀ ਕੋਈ ਮਾੜੀ ਗੱਲ ਤਾਂ ਦੱਸੋ ਜੀ ਤੁਸੀਂ। ਉਹ ਮਾਂ ਨੂੰ ਵੀ ਕੁੱਟਿਆ ਮਾਰਿਆ, ਧੀ ਦੇ ਉੱਤੇ ਵੀ ਹੱਥ ਚੱਕਿਆ, ਫਿਰ ਕਾਜੀ ਇਕੱਠੇ ਹੋ ਗਿਆ, ਉਹਨਾਂ ਨੇ ਇੱਕ ਉਹਦੇ 'ਤੇ ਸ਼ਰ੍ਹਾਂ ਦੇ ਨਾਲ ਜਿਹੜਾ ਸ਼ਰ੍ਹਾਂ ਦਾ ਫਰਮਾਨ ਸੀ ਜਾਰੀ ਕਰ ਦਿੱਤਾ ਕਿ ਕੌਲਾਂ ਜੇ ਟਾਈਮ ਦਿੱਤਾ ਜਾਂਦਾ, ਜੇ ਕੌਲਾਂ ਇਸ ਗੱਲ ਤੋਂ ਤੋਬਾ ਨਹੀਂ ਕਰਦੀ ਬਾਣੀ ਪੜ੍ਹਨ ਤੋਂ, ਕਾਫਰਾਂ ਦੀ ਬਾਣੀ ਪੜ੍ਹਨ ਤੋਂ ਤੋਬਾ ਨਹੀਂ ਕਰਦੀ ਤੇ ਇਹਨੂੰ ਮੌਤ ਦਾ ਫਤਵਾ ਦਿੱਤਾ ਜਾਊਗਾ। ਠੀਕ ਹੈ, ਔਰ ਪੱਥਰ ਮਾਰ ਕੇ ਸੰਸਕਾਰ ਕਰ ਦਿੱਤਾ ਜਾਊਗਾ, ਜਿਹੜੀ ਉਹਨਾਂ ਦੀ ਸਜ਼ਾ ਸੀ, ਸਜ਼ਾ ਦੇ ਦਿੱਤੀ ਗਈ ਆ, ਔਰ ਰਾਜ ਵੀ ਉਹਨਾਂ ਦਾ, ਸ਼ਰ੍ਹਾਂ ਵੀ ਉਹਨਾਂ ਦੀ, ਤੇ ਕਰ ਵੀ ਨਾਲ ਦੇ ਕਾਜੀ ਦਾ ਆਇਆ ਤੇ ਸ਼ਾਹੀ ਕਾਜੀ ਉਹਨਾਂ ਨਾਲ ਸਹਿਮਤ ਆ, ਆਪਣਾ ਸ਼ਾਹੀ ਕਾਜੀ ਦਾ ਰੁਤਬਾ ਕਾਇਮ ਰੱਖ ਲਈ, ਧੀ ਨੂੰ ਮਰਵਾਉਣ ਤੱਕ ਤਿਆਰ ਹੋ ਗਿਆ। ਹੁਣ ਮਾਂ ਨੂੰ ਪਤਾ ਕਿ ਮੇਰੀ ਧੀ ਇਹਨਾਂ ਨੇ ਸੱਚੀ ਮਾਰ ਦੇਣੀ ਆ, ਐਡੇ ਮੁਤਸਵੀ ਨੇ ਇਹ। ਉਹਨੇ ਸਾਈਂ ਮੀਆਂ ਮੀਰ ਤੱਕ ਅਪਰੋਚ ਕੀਤੀ ਤੇ ਸਾਈਂ ਮੀਆਂ ਮੀਰ ਨੇ ਆਖਿਆ ਵੀ ਇੱਕੋ ਹੀ ਥਾਂ ਤੇ ਜੇ ਇਹਨਾਂ ਨੇ ਲੈ ਹੀ ਲਿਆ ਫੈਸਲਾ, ਕਾਜੀਆਂ ਨੇ ਕੋਈ ਰੋਕ ਨਹੀਂ ਸਕਦਾ ਇਹਨਾਂ ਨੂੰ, ਰਾਜ ਦਾ ਬਲ ਇਹਨਾਂ ਦੇ ਹੱਕ 'ਚ ਆ, ਸੋ ਇੱਕੋ ਹੀ ਥਾਂ ਜਿੱਥੇ ਜਾ ਕੇ ਬਚ ਸਕਦੀ ਮੇਰੇ ਕੋਲ ਆਈ ਤੇ ਮੇਰੇ ਤੋਂ ਇਹਨਾਂ ਖਿੱਚ ਕੇ ਵੀ ਲੈ ਜਾਣੀ ਆ ਇੱਥੋਂ ਲਾਹੌਰ ਤੋਂ, ਤੇ ਜੇ ਇੱਕੋ ਹੀ ਥਾਂ ਆ ਜਿੱਥੇ ਬਚ ਸਕਦੀ ਆ ਅੰਮ੍ਰਿਤਸਰ ਭੇਜ ਦਿੱਤਾ ਜਾਵੇ। ਉਹ ਮਾਤਾ ਸਾਈਂ ਮੀਆਂ ਮੀਰ ਦੇ ਡੇਰੇ ਪਹੁੰਚਾ ਗਈ ਸੀ। ਸਾਈਂ ਮੀਆਂ ਮੀਰ ਨੇ ਆਪਣਾ ਬਹੁਤ ਇਤਬਾਰ ਯੋਗ ਅਬਦੁੱਲਾ ਨਾਂ ਇਤਿਹਾਸ ਨੇ ਉਹਦਾ ਜ਼ਿਕਰ ਕੀਤਾ ਹੈ, ਤੇ ਉਹਨੂੰ ਅਬਦੁੱਲੇ ਦੇ ਨਾਲ ਜਿਹੜਾ ਉਹਦੀ ਬਾਪ ਦੀ ਉਮਰ ਦਾ ਸੀਗਾ ਉਹਦੇ ਨਾਲ ਚਾਰ ਹੋਰ ਘੋੜ ਸਵਾਰ ਦੇ ਕੇ ਅਬਦੁੱਲੇ ਦੀ ਡਿਊਟੀ ਲਾ ਕੇ ਬੱਚੀ ਨੂੰ ਅੰਮ੍ਰਿਤਸਰ ਭੇਜਤਾ ਤੇ ਨਾਲ ਚਿੱਠੀ ਲਿਖਤੀ ਕਿ ਸਤਿਗੁਰੂ ਜੀ ਇਹ ਮੇਰੀ ਬੱਚੀ ਸਮਝ ਦਿਓ ਤੇ ਇਹਨੂੰ ਏਦਾਂ ਏਦਾਂ, ਕਿਉਂਕਿ ਉਹ ਬਾਣੀ ਦਾ ਪ੍ਰੇਮ ਹੈ ਤੇ ਤੁਹਾਡੇ ਸ਼ਰਨ ਆਏ ਤੇ ਸਕੰਠ ਲਾਏ ਵਾਲੀ ਗੱਲ ਜਿਹੜੀ ਗੁਰੂ ਘਰ ਨੂੰ ਬਿਰਤੀ ਪਾਲਣੀ ਪੈਣੀ, ਇਹ ਬਾਣੀ ਪੜ੍ਹਨ ਲੱਗੀ ਹੈ, ਸਿੱਖ ਬਣ ਗਈ, ਇਹਦੀ ਸਿੱਖੀ ਤੇ ਸ਼ਰਧਾ ਆ ਗਈ ਆ। ਇਹ ਜਿਹੜੀ ਸਿੱਖੀ ਤੇ ਸ਼ਰਧਾ ਆ ਗਈ ਆ, ਇਹ ਸਿੱਖੀ ਦੀ ਸ਼ਰਧਾ ਲਈ ਤੁਹਾਨੂੰ ਹੁਣ ਇਹਦੀ ਰੱਖਿਆ ਵੀ ਕਰਨੀ ਪੈਣੀ ਆ। ਤੇ ਜਦੋਂ ਉਹ ਆ ਗਈ ਤੇ ਹੁਣ ਸਤਿਗੁਰੂ ਤਾਂ ਫਿਰ ਜਦੋਂ ਇੱਕ ਤਾਂ ਸਾਈਂ ਮੀਆਂ ਮੀਰ ਦੀ ਚਿੱਠੀ ਆ, ਸਾਈਂ ਮੀਆਂ ਮੀਰ ਸਿੱਖੀ ਦਾ ਬਹੁਤ ਵੱਡਾ ਪ੍ਰਚਾਰਕ ਬਣ ਕੇ ਵਿਚ ਰਿਹਾ, ਇੱਥੋਂ ਮੇਰੀ ਇਸ ਕਥਨ ਦੀ ਪੁਸ਼ਟੀ ਹੁੰਦੀ ਆ, ਇਸ ਕੌਲਾਂ ਵਾਲੀ ਸਾਖੀ ਤੋਂ ਮੇਰੀ ਇਸ ਕਥਨ ਦੀ ਪੁਸ਼ਟੀ ਹੁੰਦੀ, ਸਾਈਂ ਮੀਆਂ ਮੀਰ ਆਪ ਹੀ ਸਿੱਖੀ ਤੋਂ ਪ੍ਰਭਾਵਿਤ ਨਹੀਂ ਹੋਇਆ, ਆਪ ਹੀ ਸਿੱਖ ਨਹੀਂ ਬਣਿਆ, ਬਲਕਿ ਸਿੱਖੀ ਦਾ ਪ੍ਰਚਾਰ ਵੀ ਕਰਦਾ ਰਿਹਾ, ਤੇ ਜੇ ਸਿੱਖੀ ਦਾ ਪ੍ਰਚਾਰ ਉਹਦਾ ਇੱਥੋਂ ਤੱਕ ਸੀ ਕਿ ਸ਼ਾਹੀ ਕਾਜੀ ਦੀ ਕੁੜੀ ਜਿਹੜੀ ਬੱਚੀ ਸੀ ਕੌਲਾਂ, ਉਹ ਵੀ ਉਸ ਪ੍ਰਚਾਰ ਤੇ ਪ੍ਰਭਾਵਿਤ ਹੋ ਕੇ ਸਿੱਖ ਬਣ ਗਈ, ਤੇ ਹੁਣ ਉਹਦਾ ਜਦੋਂ ਮੌਤ ਦਾ ਫਤਵਾ ਸ਼ਾਹੀ ਕਾਜੀ ਦੀ ਕੁੜੀ ਦਾ ਸ਼ੁਰੂ ਹੋ ਗਿਆ ਤੇ ਉਹ ਫਿਰ ਥਾਰ ਇੱਕੋ ਹੀ ਅੰਮ੍ਰਿਤਸਰ, ਉੱਥੇ ਆ ਗਏ ਤੇ ਸਤਿਗੁਰ ਨੇ ਉਹਦੇ ਲਈ, ਫਿਰ ਸਾਈਂ ਮੀਆਂ ਮੀਰ ਦੀ ਚਿੱਠੀ ਸੀ, ਸਤਿਗੁਰ ਨੇ ਉਹਦੇ ਲਈ ਰਿਹਾਇਸ਼ ਦਾ ਪ੍ਰਬੰਧ ਵੀ ਕੀਤਾ, ਰਿਹਾਇਸ਼ ਦਾ ਪ੍ਰਬੰਧ ਵੀ ਕੀਤਾ ਤੇ ਲੰਗਰ ਚੋਂ ਖਾਣੇਦਾਨ ਦਾ ਪ੍ਰਬੰਧ ਵੀ ਕੀਤਾ, ਤੇ ਉਹਨੂੰ ਕਿਹਾ ਲੈ ਬੱਚਾ ਤੂੰ ਇੱਥੇ ਬੈਠ ਕੇ ਜਿੰਨੀ ਮਰਜ਼ੀ ਬਾਣੀ ਪੜ੍ਹ, ਜਿੰਨੇ ਮਰਜ਼ੀ ਧਰਮਾਂ ਦਾ ਅਧਿਐਨ ਕਰ, ਗੁਰੂ ਦਾ ਘਰ ਜਿਹੜਾ ਹਰ ਧਰਮ ਦਾ ਅਧਿਐਨ ਕਰਨਾ ਸਿਖਾਉਂਦਾ, ਇੱਥੇ ਬੈਠ ਕੇ ਭਾਵੇਂ ਵੇਦ ਪੜ੍ਹ ਤੇ, ਭਾਵੇਂ ਕਿਤੇਬ ਪੜ੍ਹ ਤੇ, ਭਾਵੇਂ ਕੁਰਾਨ ਪੜ੍ਹ ਤੇ, ਭਾਵੇਂ ਜਿਹੜਾ ਵੀ ਤੇਰੇ ਹੱਥ 'ਚ ਗ੍ਰੰਥ ਆਉਂਦਾ ਤੂੰ ਪੜ੍ਹ ਸਕਦੀ ਆ, ਤੂੰ ਪੜ੍ਹ ਸਕਦੀ ਆ, ਉਹਨਾਂ ਤੋਂ ਪੜ੍ਹ ਕੇ ਸਾਰੇ ਗ੍ਰੰਥਾਂ ਨੂੰ ਪੜ੍ਹ ਕੇ, ਉਹਨਾਂ ਦੀ ਕੰਪੈਰੇਟਿਵ ਸਟੱਡੀ ਕਰਕੇ, ਤੁਲਨਾਤਮਕ ਅਧਿਐਨ ਕਰਕੇ ਆਪਣਾ ਜੀਵਨ ਉਸ ਹਿਸਾਬ ਨਾਲ ਬਣਾ, ਪਰ ਜੀਵਨ ਜਿਹੜਾ ਤੇਰਾ ਆ, ਜੀਵਨ ਜਿਹੜਾ ਤੇਰਾ ਆ ਉਹ ਹੋਣਾ ਚਾਹੀਦਾ ਅਧਿਆਤਮਕ ਰੂਹਾਨੀਅਤ ਵਾਲਾ ਪਰਉਪਕਾਰੀ ਜੀਵਨ ਹੋਣਾ ਚਾਹੀਦਾ। ਜਦ ਤਾਈਂ ਤੁਹਾਡਾ ਪਰਉਪਕਾਰ ਦੁਨੀਆਂ 'ਚ ਨਹੀਂ ਦਿਸਦਾ, ਉਦੋਂ ਤੱਕ ਤੁਹਾਡਾ ਧਰਮ ਜਿਹੜਾ ਆ ਉਹ
ਧਰਮ ਨਹੀਂ ਹੈਗਾ, ਚਾਹੇ ਕੋਈ ਵੀ ਹੋਵੇ, ਚਾਹੇ ਕੋਈ ਵੀ ਹੋਵੇ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਉਹਦੇ ਲਈ ਇੰਤਜ਼ਾਮ ਕੀਤਾ, ਤੂੰ ਦੇਖ ਧਰਮਾਂ ਦਾ ਧਿਆਨ ਕਰਕੇ, ਤੂੰ ਇੱਕ ਧਰਮ ਤੋਂ ਆਈ ਆ, ਤੂੰ ਜੰਮੀ ਪਲੀ ਇੱਕ ਧਰਮ, ਜੇ ਦੂਜਾ ਧਰਮ ਤੂੰ ਅਡਾਪਟ ਕੀਤਾ, ਪਰ ਤੂੰ ਸਾਰੇ ਧਰਮਾਂ ਦਾ ਧਿਆਨ ਕਰਕੇ ਦੇਖ, ਤੇ ਉਹਦੇ ਲਈ ਅਧਿਐਨ ਕਰਨ ਲਈ ਵੀ ਇੰਤਜ਼ਾਮ ਕਰਕੇ ਦਿੱਤਾ ਗਿਆ, ਉਹਦੀ ਰਿਹਾਇਸ਼ ਦਾ ਇੰਤਜ਼ਾਮ ਕਰਕੇ ਕੀਤਾ ਦਿੱਤਾ ਗਿਆ, ਉਹਦੀ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਕਿ ਕੋਈ ਉਹਨੂੰ ਜੇ ਫਤਵਾ ਹੈ ਤਾਂ ਮਰਵਾਵੇ ਨਾ, ਉਹਨੂੰ ਫਤਵਾ ਉਹਦੇ ਖਿਲਾਫ ਹੋ ਗਿਆ ਮੌਤ ਦਾ, ਉਹਨੂੰ ਕੋਈ ਮਰਵਾਵੇ ਨਾ, ਅਤੇ ਉਹਦੀ ਲੰਗਰ ਪਾਣੀ ਦਾ ਇੰਤਜ਼ਾਮ ਵੀ ਕੀਤਾ ਗਿਆ। ਪਰ ਇਹ ਬਹੁਤ ਵੱਡੀ ਗੱਲ ਸੀ, ਛੋਟੀ ਗੱਲ ਨਹੀਂ ਸੀ। ਸਾਈ ਮੀਆਂ ਮੀਰ ਭਾਵੇਂ ਪਹਿਲਾਂ ਸਿੱਖ ਬਣਿਆ ਸੀ, ਭਾਵੇਂ ਭਾਈ ਮਰਦਾਨਾ ਪਹਿਲਾਂ ਸਿੱਖ ਬਣਿਆ ਸੀ, ਭਾਈ ਭਾਵੇਂ ਸੱਤਾ ਬਲਵੰਡ ਹੋਣੀ ਪਹਿਲਾਂ ਸਿੱਖ ਬਣੇ ਸੀ। ਮੁਸਲਮਾਨ ਪਰਿਵਾਰ ਬਹੁਤ ਸਾਰੇ ਗੁਰੂ ਨਾਨਕ ਦੇ ਸਿੱਖ ਬਣੇ ਸੀ, ਇੱਥੋਂ ਤੱਕ ਕਿ ਰਾਏ ਬਲਾਰ ਦਾ ਪੂਰਾ ਪਰਿਵਾਰ ਗੁਰੂ ਨਾਨਕ ਦਾ ਸਿੱਖ ਬਣਿਆ ਸੀ। ਸਾਈ ਖਰਬੂਜੇ ਸ਼ਾਹ ਜੀ ਦੀ ਯਾਦ 'ਚ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲਾ, ਉਹ ਗੁਰੂ ਨਾਨਕ ਦਾ ਸਿੱਖ ਬਣਿਆ ਸੀ। ਬੇਸ਼ੱਕ ਪਰਿਵਾਰਾਂ ਦੇ ਨਾਲ ਬਹੁਤ ਸਾਰੇ ਸਾਈਂ ਅਤੇ ਬਹੁਤ ਸਾਰੇ ਪੀਰ ਅਤੇ ਬਹੁਤ ਸਾਰੇ ਹਮਜਾ ਗੌਂ ਸਿੱਖ ਬਣੇ ਸੀ, ਇਹ ਸਾਰੇ ਬੇਸ਼ੱਕ ਸਿੱਖ ਬਣੇ ਸੀ, ਪਰ ਇਹ ਪਹਿਲੀ ਵਾਰੀ ਸੀ ਕਿ ਪੂਰੇ ਪਰਿਵਾਰ 'ਚੋਂ, ਅਤੇ ਉਹ ਵੀ ਉਹ ਪਰਿਵਾਰ ਜਿਹੜਾ ਸ਼ਾਹੀ ਕਾਜੀ ਦਾ ਪਰਿਵਾਰ ਹੋਵੇ ਅਤੇ ਰਾਜ ਕਰਦਾ ਪਰਿਵਾਰ ਦੇ ਨਾਲ ਜੁੜਿਆ ਹੋਵੇ, ਉਸ ਪਰਿਵਾਰ ਦੀ ਲੜਕੀ ਪੂਰੇ ਪਰਿਵਾਰ ਦੇ ਖਿਲਾਫ਼ ਬਗਾਵਤ ਕਰਕੇ ਸਿੱਖ ਬਣੀ। ਬਿਲਕੁਲ ਉਹੀ ਮੈਂ ਕਹਿਣ ਲੱਗੀ, ਬਹੁਤ ਵੱਡੀ ਜਿਹੜੀ, ਹਾਂਜੀ ਮੇਲ ਕਹਿ ਰਹੀ ਜਾਂ ਮਰਦ ਆਏ ਸੀ, ਬਹੁਤ ਵੱਡੀ ਇੱਕ ਲੇਡੀ ਲਈ ਇਸ ਪਾਸੇ ਵੱਲ ਜਾਣਾ ਇੱਕ ਉਸ ਵੇਲੇ ਔਖਾ ਵੀ ਬਹੁਤ ਵੱਡੀ ਬਹਾਦਰੀ ਦੀ ਗੱਲ ਸੀ। ਜੇ ਸਾਈਂ ਖਰਬੂਜੇ ਸ਼ਾਹ ਗੁਰੂ ਨਾਨਕ ਦਾ ਸਿੱਖ ਬਣ ਕੇ ਆਇਆ, ਉਹਦੀ ਯਾਦ 'ਚ ਗੁਰਦੁਆਰਾ ਬੇਰ ਸਾਹਿਬ ਖੜਾ ਸੁਲਤਾਨਪੁਰ ਲੋਧੀ 'ਚ। ਜੇ ਸਾਈਂ ਮੀਆਂ ਮੀਰ ਸਿੱਖ ਬਣ ਕੇ ਆਇਆ ਇਸਲਾਮ 'ਚੋਂ, ਕਿਉਂਕਿ ਬਹੁਤ ਵੱਡੀਆਂ ਗੱਲਾਂ ਸੀਗੀਆਂ, ਬਹੁਤ ਵੱਡਾ ਉਲਟੇ ਇਨਕਲਾਬ ਸ਼ੁਰੂ ਹੋ ਗਿਆ ਸੀ ਇਸਲਾਮ, ਜਾਣੀ ਕਿ ਜਿਹੜਾ ਹਿੰਦੁਸਤਾਨ 'ਚ ਪੂਰੇ ਹਿੰਦੁਸਤਾਨ ਨੂੰ ਮਧੋਲਦਾ ਆ ਰਿਹਾ ਸੀਗਾ, ਪੂਰਾ ਇਰਾਨ, ਇਰਾਕ, ਅਫਗਾਨਿਸਤਾਨ ਮਧੋਲਦਾ, ਬੁੱਧ ਧਰਮ ਨੂੰ ਖਤਮ ਕਰਕੇ ਵੀ ਹਿੰਦੂ ਧਰਮ ਨੂੰ ਮਧੋਲਦਾ ਸਿੰਧ 'ਚੋਂ ਆ ਰਿਹਾ ਸੀਗਾ, ਉਹਦੇ ਲਈ ਹੁਣ ਉਹਨੂੰ ਮੋਰੇ ਟੱਕਰ ਦੇਣ ਵਾਲਾ ਕੋਈ ਧਰਮ ਟੱਕਰ ਪਿਆ ਸੀਗਾ ਫਲਸਫੇ ਦੇ ਤੌਰ 'ਤੇ, ਅਤੇ ਇਹ ਬਹੁਤ ਵੱਡਾ ਇਨਕਲਾਬ ਸੀਗਾ। ਇਸ ਇਨਕਲਾਬ ਨੂੰ ਯਾਦਗਾਰੀ ਬਣਾਉ, ਜੇ ਸਾਈਂ ਮੀਆਂ ਮੀਰ ਨੇ ਕੀਤਾ ਸੀ ਇਨਕਲਾਬ 'ਤੇ, ਉੱਥੇ ਕੋਈ ਹਰਿਮੰਦਰ ਸਾਹਿਬ ਨਹੀਂ ਦਿਖਾਈ, ਯਾਦਗਾਰੀ ਬਣਾਤਾ ਗੁਰੂ ਅਰਜਨ ਦੇਵ ਨੇ। ਹੁਣ ਬੀਬੀ ਕੌਲਾਂ ਨੇ ਕੀਤਾ ਸੀ ਉਹਨੂੰ ਯਾਦਗਾਰੀ ਬਣਾਉਣਾ ਸੀਗਾ, ਉਹਨੂੰ ਯਾਦਗਾਰੀ ਬਣਾਉਣ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਬਿਲਕੁਲ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਹੋਰ ਸਰੋਵਰ ਬਣਾਇਆ, ਅੰਮ੍ਰਿਤ ਸਰੋਵਰ ਦੇ ਨੇੜੇ, ਅਤੇ ਉਹਦਾ ਨਾਂ ਫਿਰ ਬੀਬੀ ਕੌਲਾਂ ਦੇ ਨਾਂ 'ਤੇ ਕੌਲਸਾ ਰੱਖ ਦਿੱਤਾ। ਅੱਜ ਕੱਲ੍ਹ ਉਹ ਗੁਰਦੁਆਰਾ ਟੱਲ ਸਾਹਿਬ ਹੈ ਨਾ, ਉਹਦੇ ਵਿਹੜੇ ਦੇ ਵਿੱਚ ਉਹਦੀ ਚਾਰ ਦੀਵਾਰੀ ਦੇ ਵਿੱਚ ਆ ਗਿਆ, ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਨਾਲ ਵਰ ਵੀ ਦਿੱਤਾ ਕਿ ਜਿਹੜਾ ਹਰਿਮੰਦਰ ਸਾਹਿਬ ਇਸ਼ਨਾਨ ਕਰਨ ਆਵੇ, ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕੀਤਾ, ਉਹਦਾ ਹੀ ਪਾਵਨ ਹੈ ਜਿਹੜਾ ਪਹਿਲਾਂ ਉਹਦਾ ਹੀ ਪ੍ਰਵਾਨ ਹੋਣਾ ਗੁਰੂ ਦੇ ਦਰ 'ਤੇ, ਜਿਹੜਾ ਪਹਿਲਾਂ ਕੌਲਸਾ ਇਸ਼ਨਾਨ ਕਰੇਗਾ। ਸੋ ਇਹ ਸਤਿਗੁਰ ਨੇ ਇਸ ਗੱਲ ਨੂੰ ਯਾਦਗਾਰੀ ਬਣਾਤਾ, ਇਹ ਯਾਦਗਾਰੀ ਬਣਾਉਣਾ ਬੜਾ ਜ਼ਰੂਰੀ ਸੀ। ਇੱਥੋਂ ਅੱਜ ਦੇ ਸਮੇਂ 'ਚ ਗੱਲ ਸਿੱਖਣ ਵਾਲੀ ਜ਼ਰੂਰ ਹੈ ਕਿ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਅਤੇ ਉਦੋਂ ਬਾਅਦ ਤੱਕ ਜਿੱਥੇ ਸਿੱਖੀ ਦੀ ਚੜ੍ਹਤ ਕਲਾ ਰਹੀ ਆ, ਬਾਕੀ ਧਰਮਾਂ ਵਾਲੇ ਲੋਕ ਸਿੱਖੀ ਵਿੱਚ ਸ਼ਾਮਿਲ ਹੁੰਦੇ ਰਹੇ ਨੇ, ਗੁਰੂ ਸਾਹਿਬ ਪ੍ਰਵਾਨ ਕਰਦੇ ਰਹੇ ਉਹਨਾਂ ਨੂੰ, ਔਰ ਇਹ ਬਿਰਤੀ ਜਾਤੀ ਕਿਸੇ ਧਰਮ ਨੇ ਦੁਨੀਆਂ 'ਚ ਰਹਿਣਾ ਹੈ, ਜਦ ਤੱਕ ਇਹੋ ਜਿਹੀ ਬਿਰਤੀ ਨਹੀਂ ਬਣਾਉਂਦਾ ਉਦੋਂ ਤੱਕ ਦੁਨੀਆਂ 'ਚ ਲੰਬੇ ਟਾਈਮ 'ਤੇ ਰਹਿ ਨਹੀਂ ਸਕਦਾ। ਮੇਰੇ ਖਿਆਲ ਸਮਾਂ ਹੋ ਗਿਆ। ਬਿਲਕੁਲ, ਜਿੱਦਾਂ ਹੁਣ ਤੁਸੀਂ ਕਿਹਾ ਕਿ ਮਾਤਾ ਕੌਲਾਂ ਦਾ ਜਿਹੜਾ ਗੁਰਦੁਆਰਾ ਸਾਹਿਬ ਆ, ਬੀਬੀ ਕੌਲਾਂ, ਇੱਕ ਸ਼ਬਦ ਮੈਂ ਇੱਥੇ ਬਿਲਕੁਲ ਦੁਹਰਾ ਕਰ ਰਿਹਾ, ਕਿਉਂਕਿ ਅਕਾਲ ਤਖਤ ਵੱਲੋਂ ਹੁਕਮਨਾਮਾ ਜਾਰੀ ਹੋਇਆ ਕਿ ਉਹਨਾਂ ਨੂੰ ਮਾਤਾ ਕੌਲਾਂ ਨਾ ਕਿਹਾ ਜਾਵੇ। ਕਾਰਨ ਇਹ ਸੀ ਕਿ ਮਾਤਾ ਸਿਰਫ ਅਸੀਂ ਜਿਹੜੇ ਗੁਰੂ ਕੇ ਮਹਿਲ ਉਹਨਾਂ ਨੂੰ ਹੀ ਕਹਿੰਦੇ ਹਾਂ, ਠੀਕ ਹੈ। ਬੇਸ਼ੱਕ ਉਹਦੀ ਜਿਹੜੀ ਜਿਹੜਾ ਨਾ ਜਿਹੜੀ ਉਹਦੀ ਦੇਣ ਆ ਮਾਤਾਵਾਂ ਤੋਂ ਘੱਟ ਨੇ ਕਦੋਂ ਵੀ ਸਿੱਖੀ ਦੇ ਨਾਲ, ਪਰ ਅਸੀਂ ਜਿਹੜੇ ਮਾਤਾ ਸ਼ਬਦ ਅਸੀਂ ਵਰਤਦੇ ਹਾਂ, ਅਸੀਂ ਗੁਰੂ ਕੇ ਮਹਿਲ ਲਈ ਹੀ ਵਰਤਦੇ ਹਾਂ, ਤੇ ਬੀਬੀ ਕੌਲਾਂ ਜਿਹੜੀ ਸੀ ਉਹਨੇ ਸਾਰੀ ਜ਼ਿੰਦਗੀ ਆਪਣੀ ਗੁਰੂ ਘਰ ਨੂੰ ਸਮਰਪਿਤ ਕਰ ਦਿੱਤੀ ਉੱਥੇ ਰਹਿ ਕੇ, ਤੇ ਅਕਾਲ ਤਖ਼ਤ ਵੱਲੋਂ ਕੁਛ ਵਰੇ ਪਹਿਲਾਂ, ਮੇਰੇ ਖਿਆਲ ਦਹਾਕਾ ਕੁ ਪਹਿਲਾਂ ਸ਼ਾਇਦ ਹੋਇਆ, ਆਦੇਸ਼ ਵੀ ਹੋਏ ਸੀ, ਵਿਦਵਾਨਾਂ ਨੇ ਰਾਇ ਕਰਕੇ ਦਿੱਤੇ ਸੀ ਕਿ ਬੀਬੀ ਕੌਲਾਂ ਨੂੰ ਬੀਬੀ ਕੌਲਾਂ ਹੀ ਆਖਿਆ ਜਾਵੇ। ਸੋ ਉਹਨਾਂ ਦੇ ਨਾਂ ਨਾਲ ਆਪਾਂ ਖਿਮਾ ਜਾਚਨਾ ਸਾਹਿਤ ਕਹਿੰਦੇ ਹਾਂ ਕਿ ਬੀਬੀ ਸ਼ਬਦ ਹੀ ਵਰਤਿਆ ਜਾਣਾ ਚਾਹੀਦਾ। ਹਾਂਜੀ, ਠੀਕ ਹੈ, ਬੀਬੀ ਕੌਲਾਂ ਦਾ, ਕਿਉਂਕਿ ਸਾਰੇ ਜਿੰਨੇ ਵੀ ਅਸੀਂ ਜਾਂਦੇ ਹਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਜਾਂਦੇ ਹਾਂ, ਪਰ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਜਿੱਦਾਂ ਵੀਰ ਜੀ ਨੇ ਦੱਸਿਆ ਕਿ ਬੀਬੀ ਕੌਲਾਂ ਦੇ ਗੁਰਦੁਆਰੇ ਵੀ ਤੁਹਾਨੂੰ ਜਿਹੜਾ ਉਹ ਜ਼ਰੂਰ ਜਾਣਾ ਚਾਹੀਦਾ, ਦਰਸ਼ਨ ਕਰਨੇ ਚਾਹੀਦੇ, ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਕਿੰਨੀ ਸਿੱਖੀ ਦਾ ਫਲਸਫਾ ਕਿੰਨਾ ਸਟਰੋਂਗ ਸੀ, ਕਿੰਨਾ ਚੰਗਾ ਸੀ, ਜਿਸ ਦੇ ਨਾਲ ਕਿ ਇੱਕ ਦੂਸਰੇ ਧਰਮ ਦੇ ਵਿੱਚੋਂ ਵੀ ਜਿਹੜੇ ਲੋਕ ਸੀ ਇੱਧਰ ਜਿਹੜੇ ਪਿਆਰ ਕਰਦੇ ਸੀ ਇਨਸਾਨੀਅਤ ਨੂੰ ਜਾਂ ਅਸਲੀਅਤ ਨੂੰ, ਪਰਮਾਤਮਾ ਨੂੰ ਪਿਆਰ ਕਰਦੇ ਸੀ, ਇਹਦੇ ਵਿੱਚ ਆ ਸਕਦਾ, ਕੋਈ ਵੀ ਆ ਸਕਦਾ ਜਿਹੜਾ ਜਿਹੜੇ ਸਿੱਖੀ ਸਿਧਾਂਤਾਂ ਨੂੰ ਪਿਆਰ ਕਰਦਾ। ਪ੍ਰੋਗਰਾਮ ਕਰਦੇ ਅਗਰ ਸਾਡੀ ਕੋਈ ਗਲਤੀ ਹੋ ਗਈ, ਅਸੀਂ ਦੋਵੇਂ ਹੱਥ ਜੁੜ ਕੇ ਮਾਫ਼ੀ ਮੰਗਦੇ ਹਾਂ। ਅਗਲੇ ਐਪੀਸੋਡ ਵਿੱਚ ਇਸੇ ਵਿਚਾਰ ਨੂੰ ਅੱਗੇ ਲੈ ਕੇ ਅੱਗੇ ਚੱਲਾਂਗੇ। ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਤੇ ਸੇਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਭੋ ਨਾ ਡਰੂ, न डरूं और सोच अब जाए लड़ूं, निश्चय कर अपनी जीत करूं।